ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਪਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਸਤ ਗੁਰ ਕੇ ਸਰਾਪ ਕੋ ਸਕਲ ਰਾਏ ਬਿਸਮਾਏ ਸੁਧ ਦਮੋਦਰੀ ਟਿਗ ਗਈ ਬਹੁਤ ਬੈਠ ਪਛਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਚ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨਤਾ ਦੇ ਪਾਤਰ ਹੋ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਭਗਤ ਨਾਮਦੇਵ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਪ੍ਰਗਟ ਉਤਸਵ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਸਦਕਾ ਭਗਤ ਨਾਮਦੇਵ ਜੀ ਇਸ ਜਗਤ ਵਿੱਚ ਜ਼ਾਹਰ ਹੋਏ ਪ੍ਰਗਟ ਹੋਏ ਮਹਾਰਾਸ਼ਟਰ ਵਿੱਚ ਓਂਡਾ ਨਗਰ ਦੇ ਨੇੜੇ ਨਰਸੀ ਬਾਹਮਣੀ ਨਗਰ ਹੈ ਚ
ਜਿਹਨੂੰ ਅੱਜ ਕੱਲ ਨਰਸੀ ਨਾਮਦੇਵ, ਕਿਉਂਕਿ ਨਾਮਦੇਵ ਜੀ ਨੇ ਇਸ ਨਗਰ ਵਿੱਚ ਜਨਮ ਲਿਆ ਹੈ ਔਰ ਇਸ ਨਗਰ ਦਾ ਨਾਮ ਨਰਸੀ ਨਾਮਦੇਵ ਪੈ ਗਿਆ। ਨਰਸੀ ਨਾਮਦੇਵ ਨਗਰ ਵਿੱਚ ਪਿਤਾ ਦਾਮ ਸੇਠ ਤੇ ਮਾਤਾ ਗੌਣਾ ਬਾਈ ਦੇ ਉਧਰ ਤੋਂ ਭਗਤ ਨਾਮਦੇਵ ਜੀ ਦਾ ਅੱਜ ਦੇ ਦਿਨ ਜਨਮ ਹੋਇਆ। ਜਿਵੇਂ ਸਿਆਣਿਆਂ ਦੀ ਕਹਾਵਤ ਹੈ ਵੀ ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ, ਜਿਹੜਾ ਹੋਣਹਾਰ ਪੌਦਾ ਹੁੰਦਾ ਹੈ ਉਹਦੇ ਪੱਤਿਆਂ ਦੀ ਚਿਕਨਾਹਟ ਤੋਂ ਪਤਾ ਲੱਗ ਜਾਂਦਾ ਵੀ ਇਹ ਪੌਦਾ, ਇਹ ਦਰਖਤ ਬੜਾ ਵਧੀਆ ਹੋਵੇਗਾ। ਭਗਤ ਨਾਮਦੇਵ ਜੀ ਦੇ ਬਚਪਨ ਦੇ ਜੋ ਜੀ ਐਸੇ ਸਨ ਜਿਨ੍ਹਾਂ ਨੂੰ ਵੇਖ ਕੇ ਪਤਾ ਲੱਗਦਾ ਸੀ ਕਿ ਮਹਾਨ ਭਗਤ ਹੋ ਨਿਬੜਨਗੇ। ਨਿਰੰਕਾਰ ਦੀ ਭਗਤੀ ਇਹੋ ਜਿਹੇ ਪ੍ਰਤੱਖ ਤਰੀਕੇ ਨਾਲ ਕੀਤੀ ਕਿ 72 ਵਾਰ ਪ੍ਰਤੱਖ ਪਰਮਾਤਮਾ ਦੇ ਸਰਗੁਣ ਰੂਪ ਵਿੱਚ ਦਰਸ਼ਨ ਕੀਤੇ। ਨਿਰਗੁਣ ਰੂਪ ਵਿੱਚ ਤਾਂ ਹਰ ਵੇਲੇ ਦਰਸ਼ਨ ਕਰਦੇ ਸੀ, ਸਭਾ ਘੱਟ ਰਾਮ ਬੋਲੇ ਰਾਮਾ ਬੋਲੇ ਵਾਲੀ ਅਵਸਥਾ ਤਾਂ ਸੀ, ਪਰ ਜਿਹੜੇ ਸਾਕਾਰ ਰੂਪ ਵਿੱਚ ਸਰਗੁਣ ਰੂਪ ਵਿੱਚ ਦਰਸ਼ਨ ਕੀਤੇ ਉਹ 72 ਵਾਰ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਦੀਦਾਰ ਕੀਤੇ। ਕਦੇ ਬਲਦੀ ਹੋਈ ਅੱਗ ਚੋਂ ਪਰਮਾਤਮਾ ਦਾ ਨੂਰ ਵੇਖਦੇ ਨੇ, ਕਦੇ ਭਿਆਨਕ ਦਿਓ ਦੇ ਸਰੂਪ ਦੇ ਵਿੱਚੋਂ ਪਰਮਾਤਮਾ ਦਾ ਸਰੂਪ ਵੇਖਦੇ ਨੇ। ਤੋ ਇਸ ਪ੍ਰਕਾਰ ਨਾਲ ਬੜੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤਾਂ ਵਿੱਚ ਦੂਸਰਾ ਸਥਾਨ ਹੈ। ਪਹਿਲਾ ਸਥਾਨ ਕਬੀਰ ਜੀ ਮਹਾਰਾਜ ਜੀ ਦਾ ਹੈ, ਕਬੀਰ ਜੀ ਦੀ ਬਾਣੀ ਦਰਜ ਹੁੰਦੀ ਹੈ। ਦੂਸਰੇ ਸਥਾਨ ਤੇ ਭਗਤ ਨਾਮਦੇਵ ਜੀ, ਜਿਨ੍ਹਾਂ ਦੇ ਤਕਰੀਬਨ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ। ਔਰ ਭਗਤ ਨਾਮਦੇਵ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਐਸੀ ਪਿਆਰ ਭਰੀ ਰਸਦਾਇਕ ਬਾਣੀ ਹੈ। ਜਦੋਂ ਕਹਿੰਦੇ ਪਹਿਲ ਪੁਰੀਏ ਪੁੰਡਰਕ ਬੰਨਾ, ਤਾਂਚੇ ਹੰਸਾ ਸਗਲੇ ਜਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆਂ ਚਾ, ਕੇਸਵਾ ਬਚਾਉਣੀ ਆਈਏ ਮਈਏ, ਏਕ ਆਨ ਜੀਓ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰਣਾ ਜਮ ਕਾਰਣਾ। ਬੜੇ ਸੋਹਣੇ ਢੰਗ ਨਾਲ ਇਹੋ ਜਿਹੇ ਸ਼ਬਦ ਭਗਤ ਨਾਮਦੇਵ ਜੀ ਉਚਾਰਦੇ, ਜਦੋਂ ਕਹਿੰਦੇ ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਸੋ ਐਸੇ ਮਹਾਨ ਭਗਤ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹਨ। ਲੜੀਵਾਰ ਕਥਾ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ,
ਉਧਰ ਕਲਹਿ ਨੇ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਮਹਾਰਾਜ ਅਸੀਂ ਵੀ ਭੁੱਖੀਆਂ ਹਾਂ, ਮੇਰੇ ਨਾਲੇ 64 ਜੋਗਣੀਆਂ। ਸਤਿਗੁਰਾਂ ਆਖਿਆ ਭਾਈ ਜੋ ਤੁਹਾਡੀ ਖੁਰਾਕ ਆ ਉਹ ਤੁਹਾਨੂੰ ਮਿਲੇਗੀ, ਅਸੀਂ ਹੁਣ ਜੰਗ ਯੁੱਧ ਆਰੰਭਾਂਗੇ। ਬੜੀਆਂ ਖੁਸ਼ ਹੋ ਕੇ ਕਲਹਿ ਦੇ ਸਮੇਂ ਤੇ ਜੋਗਣੀਆਂ ਵਾਪਸ ਪਰਤੀਆਂ ਨੇ। ਇੱਧਰ ਗੁਰੂ ਘਰ ਦੇ ਵਿੱਚ ਵਿਆਹ ਦੀ ਤਿਆਰੀ ਵੀ ਹੋ ਰਹੀ ਹੈ ਬੀਬੀ ਵੀਰੋ ਦੀ, ਤੇ ਵਿਆਹ ਦੀ ਤਿਆਰੀ ਦੇ ਵਿੱਚ ਮਠਿਆਈਆਂ ਬਣ ਰਹੀਆਂ ਨੇ, ਪਕਵਾਨ ਤਿਆਰ ਹੋ ਰਹੇ ਨੇ। ਉਧਰੋਂ ਕਾਬਲ ਤੋਂ ਕੁਝ ਸੰਗਤ ਆਈ ਹੈ, ਸ਼ਾਮ ਦਾ ਵੇਲਾ ਸੀ, ਲੰਗਰ ਉਹਨਾਂ ਨੇ ਛਕਿਆ ਨਹੀਂ ਸੀ ਹੋਇਆ, ਤੇ ਗੁਰੂ ਘਰ ਦੇ ਵਿੱਚ ਵੀ ਲੰਗਰ ਪੱਕਣ ਚ ਹਾਲੇ ਕੁਝ ਸਮਾਂ ਲੱਗਣਾ ਸੀ। ਸਤਿਗੁਰਾਂ ਨੇ ਸੇਵਾਦਾਰ ਭੇਜੇ, ਆਖੋ ਦਮੋਦਰੀ ਜੀ ਨੂੰ ਜਿਹੜੀਆਂ ਮਠਿਆਈਆਂ ਪੱਕਦੀਆਂ ਪਕਵਾਨ ਪੱਕਦੇ ਨੇ ਉਹ ਸੰਗਤ ਨੂੰ ਛਕਾਓ। ਮਾਤਾ ਦਮੋਦਰੀ ਜੀ ਹਾਲਾਂਕਿ ਸਿੱਖ ਦੀ ਲੜਕੀ ਸੀ, ਗੁਰੂ ਘਰ ਦੇ ਵਿੱਚੋਂ ਇਹਨਾਂ ਨੇ ਸਿੱਖੀ ਕਮਾਈ ਹੈ, ਸਿੱਖਾਂ ਦੀ ਮਹਿਮਾ ਵੀ ਚੰਗੀ ਤਰ੍ਹਾਂ ਜਾਣਦੇ ਨੇ, ਪਰ ਪਰਮੇਸ਼ਰ ਵੱਲੋਂ ਜਿਹੜੀ ਹੋਣੀ ਹੁੰਦੀ ਹੈ ਉਹ ਕਈ ਵਾਰੀ ਕੁਝ ਹੋਰ ਦਾ ਹੋਰ ਕਰਾ ਦਿੰਦੀ ਹੈ, ਕਈ ਵਾਰੀ ਬੰਦਾ ਨਾ ਚਾਹੁੰਦਾ ਹੋਇਆ ਵੀ ਗਲਤੀ ਕਰ ਬੈਠਦਾ। ਕਿ ਬੰਦਾ ਚਾਹੁੰਦਾ ਨਹੀਂ ਮੇਰੇ ਕੋਲੋਂ ਗਲਤੀ ਹੋਵੇ, ਪਰ ਹੋ ਜਾਂਦੀ ਹੈ। ਤੋ ਮਾਤਾ ਦਮੋਦਰੀ ਜੀ ਹਾਲਾਂਕਿ ਸਿੱਖਾਂ ਦੀ ਮਹਿਮਾ ਤੋਂ ਭਲੀ ਪ੍ਰਕਾਰ ਨਾਲ ਜਾਣੂ ਸੀ, ਨਾ ਕਰ ਦਿੱਤੀ ਵੀ ਇਹ ਤਾਂ ਸ਼ਗਨ ਦੀਆਂ ਮਠਿਆਈਆਂ ਨੇ, ਪਹਿਲਾਂ ਬਰਾਤ ਛਕੇਗੀ, ਸਿੱਖਾਂ ਨੂੰ ਪਹਿਲਾਂ ਕਿਵੇਂ ਦੇ ਦਿਆਂ। ਛੇਵੇਂ ਪਾਤਸ਼ਾਹ ਨੂੰ ਪਤਾ ਲੱਗਾ, ਜਿਨ੍ਹਾਂ ਨੂੰ ਆਪਣੇ ਸਿੱਖਾਂ ਨਾਲ ਬੜਾ ਪਿਆਰ ਹੈ, ਮੁਹੱਬਤ ਹੈ, ਆਪਣੇ ਘਰ ਪ੍ਰਤੀ ਵਚਨ ਕਰ ਦਿੱਤਾ, ਜਿਹੜੀ ਮਠਿਆਈ ਸਾਡੇ ਸਿੱਖਾਂ ਵਾਸਤੇ ਨਹੀਂ ਤੇ ਫਿਰ ਉਹ ਬਰਾਤ ਵਾਸਤੇ ਵੀ ਨਹੀਂ, ਹੁਣ ਇਹਨੂੰ ਮਲੇਛ ਹੀ ਖਾਣਗੇ, ਇਹ ਤਾਂ ਹੁਣ ਮਲੇਛ ਹੀ ਖਾਣਗੇ, ਤੁਰਕ ਹੀ ਖਾਣਗੇ। ਇਹ ਵਚਨ ਸੁਣ ਕੇ ਸੰਗਤ ਵੀ ਹੈਰਾਨ ਹੋਈ, ਸਿੱਖ ਵੀ ਹੈਰਾਨ ਹੋਏ ਕਿ ਛੇਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਦਾ ਵਚਨ ਕਰ ਦਿੱਤਾ, ਪਰ ਕੌਣ ਆਖੇ ਉਸ ਸਾਹਿਬ ਨੂੰ ਇੰਜ ਨਹੀਂ ਤਾਂ ਇੰਜ ਕਰ, ਸਤਿਗੁਰਾਂ ਨੂੰ ਕਹੇ ਕੌਣ। ਸਾਰੇ ਚੁੱਪ ਚਾਪ ਸ਼ਾਂਤ ਹੋ ਕੇ ਬੈਠੇ ਰਹੇ। ਇਹ ਘਟਨਾ ਵਰਤੀ ਹੈ, ਉਧਰ ਜਿਵੇਂ ਜੰਗ ਦਾ ਕਾਰਨ ਬਣ ਰਿਹਾ, ਸਬੱਬ ਬਣ ਰਿਹਾ, ਆਓ ਮਨ ਵਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਸੁਨ ਸਤ ਗੁਰ ਕੇ ਸਰਾਪ ਕੋ ਸਕਲ ਰਾਏ ਬਿਸਮਾਏ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤਾ ਨਾ ਕਿ ਇਹ ਮਠਿਆਈ ਤਾਂ ਹੁਣ ਮਲੇਛ ਖਾਣਗੇ, ਇਹ ਸੁਣ ਕੇ ਸਾਰੇ ਹੈਰਾਨ ਹੋ ਗਏ। ਸੁਧ ਦਮੋਦਰੀ ਟਿਗ ਗਈ ਬਹੁਤ ਬੈਠ ਪਛਤਾਏ। ਇਹ ਖਬਰ ਮਾਤਾ ਦਮੋਦਰੀ ਜੀ ਕੋਲ ਵੀ ਪਹੁੰਚੀ। ਮਾਤਾ ਜੀ ਨੂੰ ਵੀ ਕਿਸੇ ਨੇ ਜਾ ਕੇ ਦੱਸਿਆ ਵੀ ਗੁਰਦੇਵ ਨੇ ਆਹ ਬਚਨ ਕਰ ਦਿੱਤਾ। ਇਹ ਸੁਣ ਕੇ ਮਾਤਾ ਜੀ ਆਪਣੇ ਮਨ ਚ ਬਹੁਤ ਪਛਤਾਵਾ ਕਰਨ ਲੱਗੇ ਵੀ ਮੇਰੇ ਕੋਲ ਇਹ ਬੜੀ ਵੱਡੀ ਡਾਢੀ ਗਲਤੀ ਹੋਈ ਹੈ, ਮੈਨੂੰ ਏਦਾਂ ਜਵਾਬ ਨਹੀਂ ਸੀ ਦੇਣਾ ਚਾਹੀਦਾ, ਸਿੱਖਾਂ ਵਾਸਤੇ ਮਠਿਆਈ ਸਾਹਿਬਾਂ ਮੰਗੀ ਸੀ। ਤੋ ਮਾਤਾ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਡਾਢਾ ਪਛਤਾਵਾ ਹੈ। ਚੋ ਪਈ ਸੰਕਟ ਪਾਏ ਬਿਸੂਰਤ ਪਾਰੀ। ਬੜਾ ਡਾਢਾ ਸੰਕਟ ਪਾ ਕੇ ਮਾਤਾ ਦਮੋਦਰੀ ਜੀ ਮਨ ਹੀ ਮਨ ਝੂਰਦੇ ਹਨ। ਕੀਨ ਕਹਾਂ ਮੈਂ ਨਹੀਂ ਵਿਚਾਰੀ, ਸੋਚਦੇ ਨੇ ਮੈਂ ਕੀ ਕਰ ਬੈਠੀ ਆ, ਮੇਰੇ ਕੋਲੋਂ ਆ ਕੀ ਹੋ ਗਿਆ, ਮੈਂ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ। ਪਹਿਲਾਂ ਵਿਚਾਰ ਕਰਨ ਤੋਂ ਬਿਨਾਂ ਹੀ ਬੋਲ ਕੇ ਜਵਾਬ ਦੇ ਦਿੱਤਾ। ਪਤੀ ਕੀਆ ਇਸ ਮੋੜ ਮਿਟਾਈ। ਆਪਣੇ ਪਤੀ ਦੇਵ ਜੀ ਦੀ ਆਗਿਆ ਨੂੰ ਮੋੜਿਆ, ਇਹ ਬੜਾ ਵੱਡਾ ਗੁਨਾਹ ਹੋਇਆ ਮੇਰੇ ਕੋਲੋਂ। ਉਸ ਸਾਹਿਬ ਦੀ ਆਗਿਆ ਨੂੰ ਮੋੜਿਆ ਜਿਹੜੇ ਸਾਹਿਬ ਦੀ ਆਗਿਆ ਵਿੱਚ ਸਾਰਾ ਸੰਸਾਰ ਚੱਲਦਾ, ਉਹਨਾਂ ਦੀ ਆਗਿਆ ਨੂੰ ਮੋੜ ਕੇ ਮੈਂ ਬੜਾ ਵੱਡਾ ਅਪਰਾਧ ਕੀਤਾ ਹੈ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ। ਮੈਂ ਆਚੀ ਕਿਸ ਕੇ ਮਨ ਪਾਈ। ਇਹ ਗੱਲ ਚੰਗੀ ਨਹੀਂ ਹੋਈ, ਇਹ ਕਿਸੇ ਦੇ ਮਨ ਨੂੰ ਨਹੀਂ ਪਾਈ। ਭਈ ਨਿਸਾ ਗੁਰ ਮਹਿਲੀ ਗਏ। ਏਦਾਂ ਦਿਨ ਬੀਤ ਗਿਆ, ਰਾਤ ਪਈ, ਸ਼ਾਮ ਦਾ ਵੇਲਾ ਹੋਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿੱਚ ਆਏ। ਪਰ ਪ੍ਰਿਅੰਕ ਪਰ ਬੈਠਤ ਪਏ। ਗੁਰੂ ਜੀ ਆ ਕੇ ਆਪਣੇ ਸ੍ਰੇਸ਼ਟ ਪਲੰਘੇ ਦੇ ਉੱਤੇ, ਬੜਾ ਸੁੰਦਰ ਪਲੰਘਾ ਹੈ, ਉਸ ਪਲੰਘੇ ਤੇ ਆ ਕੇ ਮਹਾਰਾਜ ਜੀ ਬੈਠੇ ਹਨ। ਚੱਲ ਦਮੋਦਰੀ ਤਿਸ ਛਿਨ ਆਈ। ਜਦੋਂ ਸਤਿਗੁਰੂ ਜੀ ਆਪਣੇ ਆਸਣ ਤੇ ਬੈਠੇ ਸਨ ਕਿ ਇਹਨੇ ਨੂੰ ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਕੋਲ ਚੱਲ ਕੇ ਆਏ। ਗੁਰ ਕੇ ਸਰਾਪ ਅਧਿਕ ਡਰ ਪਾਈ। ਜਿਹੜਾ ਬਚਨ ਗੁਰਦੇਵ ਨੇ ਕੀਤਾ ਸੀ ਉਸ ਬਚਨ ਕਰਕੇ ਮਾਤਾ ਦਮੋਦਰੀ ਜੀ ਬੜੇ ਡਰੇ ਹੋਏ, ਬੜੇ ਸਹਿਮੇ ਹੋਏ ਸਨ। ਮੁਝ ਏ ਕਲ ਕੀ ਸੁਤਾ ਨ ਕੋਈ। ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਮਾਤਾ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਵੀਰੋ ਕਿਹੜਾ ਮੇਰੀ ਕੱਲੀ ਦੀ ਧੀ ਹੈ, ਉਹ ਤੁਹਾਡੀ ਵੀ ਪੁੱਤਰੀ ਹੈ ਮਹਾਰਾਜ ਸੱਚੇ ਪਾਤਸ਼ਾਹ। ਰਾਵਰ ਤੇਈ ਉਤਪਤ ਹੋਈ। ਆਪ ਜੀ ਦੀ ਦਇਆ ਦੇ ਨਾਲ ਹੀ ਵੀਰੋ ਦਾ ਜਨਮ ਹੋਇਆ ਹੈ। ਜਿਸ ਕੇ ਵਿਆਹ ਵਿਖੇ ਦੀਏ ਸਰਾਪ। ਤੁਸੀਂ ਆਪਣੀ ਧੀ ਦੇ ਵਿਆਹ ਦੇ ਵਾਸਤੇ ਏਦਾਂ ਦਾ ਬਚਨ ਕਰ ਦਿੱਤਾ ਵੀ ਇਹ ਮਠਿਆਈ ਮਲੇਛ ਖਾਣਗੇ, ਤੁਰਕ ਖਾਣਗੇ, ਇਹ ਬਰਾਤ ਨਹੀਂ ਖਾਵੇਗੀ। ਮਹਾਰਾਜ ਤੁਸੀਂ ਆਪਣੀ ਧੀ ਦੇ ਵਿਆਹ ਵਾਸਤੇ ਏਦਾਂ ਦਾ ਬਚਨ ਕਰ ਦਿੱਤਾ। ਜਹਿਓ ਅਮੰਗਲ ਕਰ ਬੇ ਆਪ। ਆਪ ਜੀ ਨੇ ਤਾਂ ਅਮੰਗਲ ਕਰ ਦਿੱਤਾ, ਜਿਹੜਾ ਮੰਗਲ ਦਾ ਸਮਾਂ ਸੀ ਉਹਨੂੰ ਅਮੰਗਲ ਬਣਾ ਦਿੱਤਾ ਹੈ। ਅਪਰ ਸ਼ਕਤ ਕਿਸ ਮੈਂ ਜੋ ਮੋਰੇ। ਹੁਣ ਕਿਹਦੇ ਵਿੱਚ ਇੰਨੀ ਸ਼ਕਤੀ ਹੈ ਜਿਹੜਾ ਤੁਹਾਡੇ ਬਚਨਾਂ ਨੂੰ ਮੋੜ ਸਕੇ, ਤਾਂ ਹੁਣ ਹੋ ਕੇ ਹੀ ਰਹੇਗਾ ਜੋ ਤੁਸੀਂ ਕਹਿ ਦਿੱਤਾ ਹੈ।
ਇਹਦੇ ਵਿੱਚ ਇੰਨੀ ਤਾਕਤ ਹੈ ਕਿ ਆਪ ਜੀ ਦੇ ਬਚਨਾਂ ਨੂੰ ਮੋੜ ਸਕੇ। ਜਾਨੀ ਪਰੇ ਆਪਦਾ ਘੋਰੇ। ਮੈਨੂੰ ਸਮਝ ਪੈ ਰਹੀ ਹੈ ਵੀ ਆਉਣ ਵਾਲੇ ਸਮੇਂ ਚ ਗੁਰੂ ਘਰ ਤੇ ਬੜੀ ਵੱਡੀ ਆਪਦਾ ਪਵੇਗੀ, ਬੜੀ ਵੱਡੀ ਕੋਈ ਵਿਪਤਾ ਆਉਣ ਵਾਲੀ ਹੈ ਜਿਹੜੀ ਮੈਨੂੰ ਸੁੱਝ ਰਹੀ ਹੈ, ਨਜ਼ਰ ਆ ਰਹੀ ਹੈ। ਕਰੋ ਕਿਰਪਾ ਫੇਰੋ ਨਿਜ ਬੈਨ। ਮਹਾਰਾਜ ਅਜੇ ਵੀ ਕਿਰਪਾ ਕਰ ਦਿਓ, ਦਇਆ ਕਰਕੇ ਆਪਣਾ ਬਚਨ ਵਾਪਸ ਲੈ ਲਓ। ਜਿਹੜਾ ਬਚਨ ਆਪ ਜੀ ਨੇ ਕੀਤਾ ਉਹ ਬਚਨ ਮਹਾਰਾਜ ਜੀ ਫੇਰ ਲਓ। ਨਾਹੇ ਤਾਂ ਉਜੜ ਹੋ ਐ ਐਨ। ਨਹੀਂ ਤਾਂ ਮਹਾਰਾਜ ਜੀ ਸਾਰਾ ਘਰ ਉਜੜ ਜਾਵੇਗਾ, ਸਾਰਾ ਘਰ ਉਜਾੜ ਦਿੱਤਾ ਜਾਏਗਾ ਤੁਰਕਾਂ ਵੱਲੋਂ, ਜੇ ਤੁਸੀਂ ਆਪਣਾ ਬਚਨ ਵਾਪਸ ਨਾ ਲਿਆ। ਦੋਹਿਤਾ ਪ੍ਰਿਆ ਕੁਸ਼ਲ ਸੌ ਰਹੇ। ਕਿਰਪਾ ਕਰੋ ਮਹਾਰਾਜ, ਤੁਹਾਡੀ ਪਿਆਰੀ ਧੀ ਵੀਰੋ ਕੁਸ਼ਲਤਾ ਸਹਿਤ ਰਹੇ, ਸਦਾ ਖੇੜੇ ਵਿੱਚ ਖੁਸ਼ ਰਹੇ, ਪ੍ਰਸੰਨ ਰਹੇ। ਮਹਾ ਵਿਘਨ ਕਰ ਪ੍ਰਭੋ ਚਾਹੇ। ਜਿਹੜਾ ਘਰ ਦੇ ਵਿੱਚ ਵਿਘਨ ਪੈਣ ਵਾਲਾ ਆਪ ਜੀ ਦਾ ਬਚਨ ਹੋਇਆ, ਰਹੇ ਬਰਾਤੀ ਕੁਸ਼ਲ ਸਮੇਤ। ਕਿਰਪਾ ਕਰੋ ਮਹਾਰਾਜ, ਜਿਹੜੇ ਬਰਾਤੀ ਨੇ ਕੁਸ਼ਲਤਾ ਸਮੇਤ ਰਹਿਣ, ਬਰਾਤੀ ਤੇ ਜਾਂਜੀਆਂ ਮਾਂਜੀਆਂ ਦਾ ਕੋਈ ਨੁਕਸਾਨ ਨਾ ਹੋਵੇ। ਸੁਖ ਸੋ ਪਹੁੰਚੇ ਬਾਰ ਨਿਕੇਤ। ਬਰਾਤ ਸੁਖ ਦੇ ਨਾਲ ਆਵੇ ਤੇ ਸੁਖ ਦੇ ਨਾਲ ਵੀਰੋ ਦਾ ਡੋਲਾ ਲੈ ਕੇ ਆਪਣੇ ਘਰ ਵਿੱਚ ਜਾਵੇ, ਉਹਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ, ਇਹ ਦਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੁਸੀਂ ਕਰੋ। ਭਾਈ ਦੀਨ ਪਿਖ ਆਤੁਰ ਪਾਰੀ। ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ ਕਿ ਦਮੋਦਰੀ ਨੇ ਦੀਨ ਹੋ ਕੇ, ਦੁਖੀ ਵਿਆਕੁਲ ਹੋ ਕੇ ਬੇਨਤੀ ਕੀਤੀ ਹੈ, ਔਰ ਇਹਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਸ਼੍ਰੀ ਹਰਗੋਬਿੰਦ ਗਿਰਾ ਉਚਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਦਮੋਦਰੀ ਜੀ ਨੂੰ, ਵਿਘਨ ਮੂਲ ਮਤ ਤੈ ਹੋਰ ਤਾਰਾ। ਮਹਾਰਾਜ ਜੀ ਕਹਿਣ ਲੱਗੇ ਦਮੋਦਰੀ, ਵਿਘਨਾਂ ਦਾ ਜਿਹੜਾ ਮੂਲ ਹੈ ਉਹ ਜਿਹੜੀ ਭੈੜੀ ਮਤ ਹੈ ਵਿਘਨਾਂ ਦੇ ਮੂਲ ਵਾਲੀ, ਉਹ ਮਤ ਤੈਂ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ। ਕਿਉਂ ਨਾ ਕਰਤ ਅਬ ਅੰਗੀਕਾਰਾ। ਉਹਨੂੰ ਕਿਉਂ ਨੀ ਅੰਗੀਕਾਰ ਕਰਦੀ, ਤੂੰ ਆਪ ਹੀ ਵਿਘਨ ਪੈਦਾ ਕੀਤੇ ਨੇ, ਇਹੋ ਜੀ ਮਤ ਨਾ ਧਾਰਦੀ ਤੇ ਇੱਦਾਂ ਦਾ ਵਿਘਨ ਨਾ ਪੈਂਦਾ, ਤੂੰ ਆਪ ਹੀ ਵਿਘਨਾਂ ਵਾਲੀ ਮਤ ਨੂੰ ਧਾਰਨ ਕੀਤਾ ਹੈ। ਗੁਰ ਕੇ ਸਿੱਖ ਲਖੇ ਅਸ ਖੋਟੇ। ਜਿਹੜੇ ਸਾਡੇ ਸਿੱਖ ਨੇ ਉਹਨਾਂ ਨੂੰ ਇੰਨਾ ਹੀ ਖੋਟਾ ਜਾਣਿਆ ਕਿ ਉਹ ਤੇਰੀ ਬੜਾਈ ਹੋਈ ਮਠਿਆਈ ਦੇ ਵੀ ਹੱਕਦਾਰ ਨਹੀਂ ਸਨ, ਕਿ ਤੂੰ ਗੁਰੂ ਕੇ ਸਿੱਖਾਂ ਨੂੰ ਇੰਨਾ ਹੀ ਖੋਟਾ ਜਾਣਿਆ। ਉਚਿਤ ਨਾ ਭੋਜਨ ਕੇ ਕਹਿ ਹੋਟੇ। ਜਿਹੜਾ ਭੋਜਨ ਉਹ ਮਠਿਆਈਆਂ ਪਕਵਾਨ ਤੈਂ ਬਣਵਾ ਕੇ ਰੱਖੇ ਨੇ, ਕਿ ਉਹ ਸਾਡੇ ਸਿੱਖ ਉਹਦੇ ਹੱਕਦਾਰ ਨਹੀਂ ਸਨ, ਕਿ ਸਾਡੇ ਸਿੱਖਾਂ ਵਾਸਤੇ ਉਹ ਭੋਜਨ ਹੈ ਹੀ ਨਹੀਂ ਸੀ, ਤੇ ਜੇ ਸਾਡੇ ਸਿੱਖਾਂ ਵਾਸਤੇ ਨਹੀਂ ਸੀ ਤੇ ਫਿਰ ਕਿਸੇ ਵਾਸਤੇ ਵੀ ਨਹੀਂ, ਉਹ ਤਾਂ ਮਲੇਛ ਹੀ ਖਾਣਗੇ ਨਾ, ਫਿਰ ਤਾਂ ਇਹ ਬਚਨ ਸੁਭਾਵਕ ਹੋਣਾ ਹੀ ਸੀ। ਹੋਨਹਾਰ ਤਵ ਰਿਦੇ ਬਸਾਈ। ਤੇਰਾ ਵੀ ਕੋਈ ਦੋਸ਼ ਨੀ ਦਮੋਦਰੀ, ਹੋਣੀ ਏਦਾਂ ਹੀ ਵਰਤਣੀ ਸੀ, ਔਰ ਉਸ ਹੋਣੀ ਨੇ ਤੇਰੇ ਸਿਰ ਤੇ ਚੜ ਕੇ ਤੇਰੇ ਮੂੰਹ ਏਦਾਂ ਦਾ ਬੋਲ ਬੁਲਵਾ ਦਿੱਤਾ, ਉਹ ਹੋਣੀ ਤੇਰੇ ਸਿਰ ਤੇ ਚੜੀ ਔਰ ਤੂੰ ਇਨਕਾਰ ਕਰ ਦਿੱਤਾ ਮਠਿਆਈ ਤੇ ਪਕਵਾਨ ਦੇਣ ਤੋਂ। ਪਰ ਔਗਣ ਕੋ ਪੁਨ ਪਛਤਾਈ। ਪਰ ਤੂੰ ਔਗਣ ਕਰਕੇ ਇਹ ਭੁੱਲ ਕਰਕੇ ਆਪਣੇ ਮਨ ਵਿੱਚ ਪਛਤਾਵਾ ਕੀਤਾ ਹੈ। ਕੁਛ ਆਚੋ ਪਲ ਜਾਣਿਓ ਜਾਏ। ਕੁਝ ਚੰਗਾ ਫਲ ਵੀ ਮਿਲੇਗਾ ਤੁਹਾਨੂੰ,
ਜੇ ਤੈਂ ਆਪਣੇ ਮਨ ਚ ਪਛਤਾਵਾ ਕੀਤਾ ਤੇ ਇਹਦਾ ਵੀ ਫਲ ਤੁਹਾਨੂੰ ਚੰਗਾ ਫਲ ਪ੍ਰਾਪਤ ਹੋਵੇਗਾ। ਨਰ ਗਨ ਮੈਂ ਕੁਸ਼ਲੀ ਬਣ ਆਏ, ਸਾਹਿਬ ਨੇ ਆਖਿਆ ਜਿਹੜੀ ਹੋਣੀ ਉਹ ਤਾਂ ਵਰਤਣੀ ਹੈ, ਪਰ ਹਾਂ ਬੰਦਿਆਂ ਵਿੱਚ ਜੀਆਂ ਵਿੱਚ ਸੁੱਖ ਰਵੇਗਾ। ਇਹ ਵੀ ਬਚਨ ਕਰ ਦਿੱਤਾ ਮਹਾਰਾਜ ਜੀ ਨੇ ਵੀ ਜੋ ਹੋਣਾ ਉਹ ਤਾਂ ਹੋਵੇਗਾ ਹੀ, ਹੁਣ ਤੁਰਕ ਤਾਂ ਆਉਣਗੇ ਹੀ, ਪਰ ਜੀਆਂ ਵਿੱਚ ਸੁੱਖ ਰਵੇਗਾ, ਬਰਾਤ ਜਾਂਜੀ ਮਾਂਜੀ ਸਭ ਸੁਖੀ ਰਹਿਣਗੇ। ਪਰ ਬਿਘਨ ਸੋ ਹਟੇ ਨ ਕੈਸੇ, ਬਾਕੀ ਜਿਹੜਾ ਬਿਘਨ ਪੈਣਾ ਉਹ ਤਾਂ ਪੈਣਾ ਹੀ ਪੈਣਾ, ਉਹ ਨਹੀਂ ਹਟਣਾ, ਉਹ ਨਹੀਂ ਮੁੜਨਾ। ਭਇਓ ਬਾਕ ਹੋਇਓ ਚਹੇ ਤੈਸੇ, ਹੁਣ ਜਿਹੜਾ ਬਚਨ ਹੋ ਗਿਆ ਉਹ ਤਾਂ ਉਸੇ ਤਰ੍ਹਾਂ ਹੀ ਹੋਵੇਗਾ, ਉਹ ਨਹੀਂ ਪਲਟਣਾ। ਕੁਛ ਦਮੋਦਰੀ ਹਰਖਤ ਹੋਈ, ਜਦੋਂ ਮਾਤਾ ਜੀ ਨੇ ਛੇਵੇਂ ਪਾਤਸ਼ਾਹ ਦੇ ਬਚਨ ਸੁਣੇ, ਸੁਣ ਕੇ ਕੁਝ ਕੁ ਖੁਸ਼ ਹੋਏ ਕਿ ਚਲੋ ਜੀਆਂ ਵਿੱਚ ਤਾਂ ਸੁੱਖ ਰਵੇਗਾ ਨਾ, ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਕਿ ਜੀਆਂ ਵਿੱਚ ਸੁੱਖ ਰਵੇਗਾ, ਬਰਾਤੀ ਜਾਂਜੀ ਮਾਂਜੀ ਸੁਖੀ ਰਹਿਣਗੇ, ਇਹ ਤਾਂ ਮਹਾਰਾਜ ਜੀ ਨੇ ਬਚਨ ਕਰ ਦਿੱਤਾ। ਇੰਨੀ ਕੁ ਖੁਸ਼ੀ ਮਾਤਾ ਜੀ ਦੇ ਮਨ ਵਿੱਚ ਜ਼ਰੂਰ ਹੋਈ। ਨਰਗਨ ਵਿਖੇ ਕੁਸ਼ਲ ਰਹਿ ਜੋਈ, ਚਲੋ ਇੰਨਾ ਹੀ ਬਚਨ ਕਰ ਦਿੱਤਾ ਸਤਿਗੁਰਾਂ ਨੇ ਵੀ ਨਰਗਨਾਂ ਵਿੱਚ ਜੀਆਂ ਜੰਤਾਂ ਵਿੱਚ ਸੁੱਖ ਰਵੇਗਾ। ਸੁੱਖ ਸੋ ਜਾਏ ਬਰਾਤੀ ਘਰ ਕੋ, ਜਿਹੜੇ ਬਰਾਤੀ ਨੇ ਉਹ ਸੁੱਖ ਨਾਲ ਡੋਲੀ ਲੈ ਕੇ ਆਪਣੇ ਘਰ ਪਰਤਣਗੇ। ਤਉ ਡਰਤ ਉਰ ਲਾਗਤ ਧਰ ਕੋ, ਫਿਰ ਵੀ ਮਾਤਾ ਦਮੋਦਰੀ ਦਾ ਮਨ ਡਰਦਾ, ਹਿਰਦਾ ਧੜਕਦਾ ਡਰ ਦੇ ਨਾਲ। ਮੁਖ ਕੁਮਲਾਏ ਸੰਕਟ ਹੋਈ, ਤੇਰਾ ਮਾਤਾ ਜੀ ਦਾ ਕੁਮਲਾ ਗਿਆ ਹੈ ਔਰ ਸਰੀਰ ਵੀ ਬਿਲਕੁਲ ਏਦਾਂ ਸਥਿਲ ਹੋ ਗਿਆ ਮਾਨੋ ਜਿਵੇਂ ਸਾਹ ਨਾ ਹੋਣ। ਦਹਿਨ ਬਿਲੋਚਨ ਫਰਕਤ ਜੋਈ, ਮਾਤਾ ਜੀ ਦੀ ਸੱਜੀ ਅੱਖ ਫਰਕ ਦੀ ਮਾਤਾ ਨੂੰ ਭੁਲੇਖਾ ਪੈਂਦਾ। ਦਾਰੁਨ ਕਾਕ ਸ਼ਬਦ ਜੋ ਕਰੇ, ਉਧਰ ਜੰਗ ਦੀਆਂ ਨਿਸ਼ਾਨੀਆਂ ਦਿਸ ਰਹੀਆਂ, ਭਿਆਨਕ ਕਾਂ ਜਿਹੜੇ ਨੇ ਉਹ ਆਕਾਸ਼ ਦੇ ਉੱਤੇ ਮੰਡਰਾਉਂਦੇ ਬੋਲਦੇ ਫਿਰਦੇ ਨੇ। ਗਿੱਦਨ ਸਹਿਤ ਪ੍ਰਮਤ ਕਰ ਥਿਰੇ, ਔਰ ਆਕਾਸ਼ ਵਿੱਚ ਗਿੱਦਾਂ ਘੁੰਮਦੀਆਂ ਨਜ਼ਰ ਆ ਰਹੀਆਂ ਹਨ। ਮਹਾ ਉਦਾਸ ਦਿਵਸ ਦਿਖੇ ਅੰਤੇ, ਵੀ ਬੜੇ ਮੈਲੇ ਮੈਲੇ ਜੇ ਉਦਾਸ ਉਦਾਸ ਜੇ ਨਜ਼ਰ ਆਉਂਦੇ ਨੇ। ਮਹਾ ਅਮੰਗਲ ਨਮਿਤ ਦਰਸੰਤੇ, ਮਹਾ ਅਮੰਗਲ ਦਾ ਜਿਹੜਾ ਕਾਰਨ ਹੈ ਉਹ ਨਜ਼ਰ ਆ ਰਿਹਾ ਸਾਰੇ ਦਿਨਾਂ ਵਿੱਚ। ਸਿਮਰਤ ਸਾਸੂ ਕੋ ਤੈ ਸਮੇ, ਉਸ ਵੇਲੇ ਮਾਤਾ ਦਮੋਦਰੀ ਆਪਣੀ ਸੱਸ ਮਾਤਾ ਗੰਗਾ ਨੂੰ ਚੇਤੇ ਕਰਦੀ ਹੈ, ਆਪਣੀ ਸੱਸ ਨੂੰ ਯਾਦ ਕਰਦੀ ਹੈ। ਇਸਕੇ ਅਛਤ ਫਿਕਰ ਮੈਂ ਹਮੇ, ਮਾਤਾ ਹੁੰਦੀ ਤਾਂ ਸਾਨੂੰ ਕੋਈ ਫਿਕਰ ਨਹੀਂ ਸੀ, ਜੇ ਮਾਂ ਹੁੰਦੀ ਮਾਂ ਗੰਗਾ ਤੇ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਜਿਸਕੇ ਜੀਵਤ ਰਹੇ ਸੁਖਾਰੇ, ਮਾਤਾ ਗੰਗਾ ਜੀ ਦੇ ਹੁੰਦਿਆਂ ਅਸੀਂ ਸਾਰੇ ਸੁੱਖ ਨਾਲ ਵਸੇਂਦੇ ਸੀ, ਸਾਡੇ ਕੋਲ ਸਾਰੇ ਸੁੱਖ ਸਨ। ਨਿਜ ਦੁੱਖ ਕਿਸਕੇ ਨਿਕਟ ਉਚਾਰੇ, ਚੌਧਰੀ ਜੀ ਸੋਚਦੇ ਹੁਣ ਆਪਣਾ ਦੁੱਖ ਕੋਈ ਹੁੰਦਾ ਸੀ ਤੇ ਮਾਤਾ ਜੀ ਨੂੰ ਬੇਨਤੀ ਕਰ ਦਿੰਦੇ ਸੀ, ਹੁਣ ਕਿਹਨੂੰ ਆਖੀਏ, ਹੁਣ ਕਿਹਨੂੰ ਕਹੀਏ। ਹੋਈ ਹੁਤੀ ਜੇ ਮੁਝ ਤੇ ਬੁਰੀ, ਜੇ ਮੇਰੇ ਕੋਲੋਂ ਕੁਝ ਬੁਰੀ ਹੋ ਵੀ ਗਈ ਹੈ, ਚਲੋ ਮੇਰੇ ਕੋਲੋਂ ਜੇ ਮਾੜਾ ਕੰਮ ਕੋਈ ਹੋ ਵੀ ਗਿਆ, ਸੁਣ ਕਰ ਜਗ ਗੁਰ ਛਿਮਾ ਨ ਕਰੀ, ਤੇ ਗੁਰੂ ਸਾਹਿਬ ਨੂੰ ਛਿਮਾ ਤਾਂ ਕਰ ਦੇਣਾ ਚਾਹੀਦਾ ਸੀ, ਜੇ ਮੇਰੇ ਕੋਲੋਂ ਹੋ ਵੀ ਗਿਆ ਏਦਾਂ ਦਾ ਕੰਮ ਮੈਂ ਨਾ ਕਰ ਦਿੱਤੀ, ਉਹਨਾਂ ਦੀ ਆਗਿਆ ਮੋੜ ਦਿੱਤੀ ਹੈ, ਤਾਂ ਜਗਤ ਗੁਰੂ ਨੇ ਉਹ ਮੈਨੂੰ ਛਿਮਾ ਕਰ ਦਿੰਦੇ, ਪਰ ਉਹਨਾਂ ਨੇ ਛਿਮਾ ਨਹੀਂ ਕੀਤਾ। ਕਿਮ ਬੀਤੇਗੀ ਵਿਆਹ
ਮਜਾਰੇ ਖਬਰੇ ਹੁਣ ਕੀ ਹੋਵੇਗਾ ਕੀ ਬਣੇਗਾ ਵਿਆਹ ਦੇ ਵਿੱਚ ਪਤਾ ਨੀ ਮਲੇਛ ਕਿਵੇਂ ਆਉਣਗੇ ਹਾਲੇ ਮਾਤਾ ਨੂੰ ਕੀ ਪਤਾ ਸੀ ਵੀ ਜੰਗ ਹੋਣਾ ਯੁੱਧ ਹੋਣਾ ਸੋਚਦੇ ਨੇ ਪਤਾ ਨੀ ਕੀ ਹੋਵੇਗਾ ਕੀ ਬਣੇਗਾ ਉਹ ਮਲੇਛ ਕਿਵੇਂ ਆਉਣਗੇ ਮਠਿਆਈਆਂ ਪਕਵਾਨ ਕਿਵੇਂ ਖਾਣਗੇ ਏਦਾਂ ਦੀਆਂ ਕਈ ਸੋਚਾਂ ਮਾਤਾ ਦਮੋਦਰੀ ਜੀ ਮਨ ਹੀ ਮਨ ਸੋਚੀ ਜਾਂਦੇ ਨੇ ਬੁਰੇ ਸ਼ਗਨ ਸਭ ਜਾਏ ਨਿਹਾਰੇ ਜਿਹੜੇ ਸ਼ਗਨ ਬੜੇ ਬੁਰੇ ਨੇ ਉਹ ਵੇਖਣ ਨੂੰ ਨਜ਼ਰ ਆ ਰਹੇ ਨੇ ਮੈਂ ਸੰਬੰਧੀ ਮੇਲ ਬੁਲਾਇਓ ਫਿਰ ਗੁਰੂ ਜੀ ਨੇ ਰਿਸ਼ਤੇਦਾਰ ਨਹੀਂ ਸੱਦੇ ਹਾਲੇ ਤਾਈਂ ਮੇਲ ਨਹੀਂ ਬੁਲਾਇਆ ਲਾ ਜਾਪਦਾ ਗੁਰੂ ਸਾਹਿਬ ਨੂੰ ਪਹਿਲਾਂ ਹੀ ਸਭ ਕੁਝ ਪਤਾ ਜੋ ਹੋਣਾ ਕਿਉਂਕਿ ਮੇਲ ਨਹੀਂ ਸੱਦਿਆ ਹਾਲੇ ਰਿਸ਼ਤੇਦਾਰ ਸੰਬੰਧੀਆਂ ਨੂੰ ਸੁਨੇਹੇ ਨਹੀਂ ਭੇਜੇ ਵਿਆਹ ਵਾਸਤੇ ਔਰ ਕ੍ਰੋਪ ਕੈ ਸਰਾਪ ਅਲਾਇਓ ਫਿਰ ਰੋਸ ਵਿੱਚ ਆ ਕੇ ਗੁਰਦੇਵ ਨੇ ਆਹ ਬਚਨ ਕਰ ਦਿੱਤਾ ਹੈ ਇਤਿਆਦਕ ਬੋਰੀ ਦੇ ਵਿਚਾਰਤ ਇਤਿਆਦਕ ਬੜੀਆਂ ਵਿਚਾਰਾਂ ਮਾਤਾ ਦਮੋਦਰੀ ਜੀ ਆਪਣੇ ਮਨ ਹੀ ਮਨ ਵਿਚਾਰਦੇ ਨੇ ਉਰ ਦਮੋਦਰੀ ਚਿੰਤਾ ਆਰਤ ਮਨ ਚ ਬੜੀ ਡਾਢੀ ਚਿੰਤਾ ਮਾਤਾ ਦਮੋਦਰੀ ਦੇ ਬੜਾ ਡਾਢਾ ਫਿਕਰ ਹੈ ਗੁਰ ਘਰ ਕੋ ਇਮ ਪਾ ਬਿਰਤਾਂਤ ਇਹ ਗੁਰੂ ਘਰ ਦੇ ਵਿੱਚ ਜਿਹੜਾ ਬਿਰਤਾਂਤ ਵਰਤਿਆ ਉਹ ਹੈ ਰਚਿਓ ਵਿਆਹ ਕਰ ਤਿਆਰੀ ਦਾਤ ਸਾਰੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਬਹੁਤ ਸਾਰਾ ਸਾਜੋ ਸਮਾਨ ਜੋ ਵਿਆਹ ਦਾ ਇਕੱਤਰ ਕਰਕੇ ਗੁਰੂ ਘਰ ਵਿੱਚ ਰੱਖਿਆ ਹੋਇਆ ਅਬ ਸੁਣੀਏ ਜਿਮ ਪਰਿਓ ਵਿਗਾੜ ਹੁਣ ਸੁਣੋ ਕਿ ਵਿਗਾੜ ਕਿਵੇਂ ਪਿਆ ਸ਼ਾਹਜਹਾਨ ਲੜਾਈ ਦਾ ਕਾਰਨ ਕੀ ਬਣਿਆ ਲੜਾਈ ਕਿਉਂ ਹੁੰਦੀ ਅੰਮ੍ਰਿਤਸਰ ਸ਼ਹਿਰ ਦੀ ਉਹ ਕਾਰਨ ਹੁਣ ਸੁਣੋ ਕਿ ਵਿਗਾੜ ਕਿਵੇਂ ਪਿਆ ਭਇਓ ਜੁੱਧ ਬੋ ਪਟਨ ਸੰਘਾਰ ਜਿਸ ਵਿਗਾੜ ਤੋਂ ਬਾਅਦ ਬੜਾ ਭਿਆਨਕ ਯੁੱਧ ਹੋਇਆ ਔਰ ਉਸ ਯੁੱਧ ਵਿੱਚ ਬੜੇ ਬੜੇ ਸੂਰਮੇ ਨਾਸ਼ ਹੋਏ ਬੜੇ ਬੜੇ ਸੂਰਮਿਆਂ ਦਾ ਸੰਘਾਰ ਹੋਇਆ ਲਾਹੌਰ ਸ਼ਾਹਜਹਾਂ ਕੀਏ ਬਾਸਾ ਇਧਰ ਲਾਹੌਰ ਸ਼ਹਿਰ ਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਉਤਰਿਆ ਹੋਇਆ ਸੀ ਸ਼ਾਹਜਹਾਨ ਨੂੰ ਲਾਹੌਰ ਸ਼ਹਿਰ ਦੇ ਵਿੱਚ ਇਹਨੇ ਉਤਾਰਾ ਕੀਤਾ ਹੋਇਆ ਸੀ ਅਣਗਣ ਚਮੂ ਤਰੀ ਚੋਂ ਪਾਸਾ ਸ਼ਾਹਜਹਾਨ ਦੇ ਕੋਲ ਅਣਗਿਣਤ ਫੌਜ ਹੈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੀ ਕੁ ਫੌਜ ਹੈ ਪੈਦਲ ਬ੍ਰਿੰਦ ਤਰੇ ਬਹੁ ਡੇਰੇ ਔਰ ਇਹਦੇ ਨਾਲ ਪੈਦਲ ਸੂਰਮੇ ਵੀ ਬਹੁਤ ਨੇ ਜਿਨ੍ਹਾਂ ਨੇ ਦੂਰ ਦੂਰ ਤੱਕ ਡੇਰੇ ਕੀਤੇ ਹੋਏ ਨੇ ਤਿਮ ਹਿਆ ਕੇ ਅਸਵਾਰ ਤਨੇਰੇ ਜਿਵੇਂ ਪੈਦਲ ਸੂਰਮੇ ਨੇ ਸ਼ਾਹਜਹਾਨ ਨਾਲ ਇਸੇ ਤਰ੍ਹਾਂ ਘੋੜ ਸਵਾਰ ਵੀ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਨੇ ਗਨ ਮਤੰਗ ਚਿੰਗਾਰਤ ਖਰੇ ਫਿਰ ਹਾਥੀਆਂ ਤੇ ਸਵਾਰ ਹੋਣ ਵਾਲੀ ਫੌਜ ਵੀ ਬਹੁਤ ਹੈ ਉਦੋਂ ਚਤਰੰਗਨ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜਿਹੜੀ ਫੌਜ ਦਾ ਜ਼ਿਕਰ ਕੀਤਾ ਉਹਨੂੰ ਚਤਰੰਗਨ ਫੌਜ ਕਿਹਾ ਅੱਜ ਕੱਲ ਤਿੰਨ ਤਰ੍ਹਾਂ ਦੀ ਫੌਜ ਹੈ ਉਹਨਾਂ ਟਾਈਮਾਂ ਦੇ ਵਿੱਚ ਚਾਰ ਪ੍ਰਕਾਰ ਦੀ ਫੌਜ ਸੀ ਇੱਕ ਉਹ ਫੌਜ ਜਿਹੜੀ ਪੈਦਲ ਚੱਲਣ ਵਾਲੀ ਦੂਜੇ ਉਹ ਜਿਹੜੇ ਘੋੜਿਆਂ ਤੇ ਸਵਾਰ ਹੋ ਕੇ ਲੜਦੇ ਸੀ ਤੀਜੇ ਉਹ ਜਿਹੜੇ ਹਾਥੀਆਂ ਤੇ ਸਵਾਰ ਹੋ ਕੇ ਲੜਦੇ ਸੀ ਤੇ ਚੌਥੇ ਉਹ ਜਿਹੜੇ ਰਥਾਂ ਤੇ ਸਵਾਰ ਹੋ ਕੇ ਲੜਦੇ ਸੀ ਇਦਾਂ ਚਾਰ ਤਰ੍ਹਾਂ ਦੀ ਫੌਜ ਹੁੰਦੀ ਸੀ ਇਹਨਾਂ ਨੂੰ ਚਤਰੰਗਨ ਸੈਨਾ ਕਹਿੰਦੇ ਸਨ ਤੇ ਸ਼ਾਹਜਹਾਨ ਜਦੋਂ ਲਾਹੌਰ ਆਇਆ ਇਹਦੇ ਨਾਲ ਚਾਰੇ ਤਰ੍ਹਾਂ ਦੀ ਫੌਜ ਸੀ ਪੈਦਲ ਵੀ ਸਨ ਘੋੜ ਸਵਾਰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸੀ
ਫਿਰ ਹਾਥੀਆਂ ਤੇ ਸਵਾਰ ਹੋਣ ਵਾਲੇ ਵੀ ਬੜੀ ਫੌਜ ਤੇ ਹਾਥੀ ਚਿੰਘਾਰਦੇ ਨੇ। ਕੰਚਨ ਰਜਤ ਚੂਲ ਪਰਵਰੇ, ਬੜੇ ਬੜੇ ਬਲਵਾਨ ਤੇ ਮਸਤ ਹਾਥੀ ਨੇ ਸ਼ਾਹਜਹਾਨ ਦੀ ਫੌਜ ਵਿੱਚ। ਉਹਨਾਂ ਹਾਥੀਆਂ ਦੇ ਉੱਤੇ ਸੋਨੇ ਦੀਆਂ ਝੁੱਲਾਂ ਪਾਈਆਂ ਹੋਈਆਂ ਨੇ। ਜਹੋਂ ਦਿਸ਼ਨ ਕੋ ਧਨ ਗਨ ਆਵੇ, ਚਾਰਾਂ ਦਿਸ਼ਾਵਾਂ ਤੋਂ ਪੈਸਾ ਆਉਂਦਾ ਬਾਦਸ਼ਾਹ ਦੇ ਕੋਲ, ਪੈਸੇ ਦੀ ਕੋਈ ਕਮੀ ਨਹੀਂ ਇਹਦੇ ਕੋਲ, ਚੌ ਪਾਸਿਆਂ ਤੋਂ ਪੈਸਾ ਆਉਂਦਾ। ਦੰਡ ਭਰੇ ਸਗਰੇ ਡਰ ਪਾਵੇ, ਸਾਰੇ ਦੰਡ ਭਰਦੇ ਨੇ ਉਰੇ ਦਾ ਭੈ ਇਹਦਾ ਡਰ ਮੰਨਦੇ ਨੇ। ਅਵਨੀ ਤਲ ਮੈਂ ਅਸਨੇ ਕੋਈ, ਸਾਰੇ ਹਿੰਦੁਸਤਾਨ ਦੀ ਧਰਤੀ ਤੇ ਭਾਰਤ ਖੰਡ ਦੀ ਭੂਮੀ ਤੇ ਕੋਈ ਐਸਾ ਵਿਅਕਤੀ ਨਹੀਂ ਸੀ, ਲੋਹਾ ਲੈ ਸਮੁਖ ਹੋਏ ਜੋਈ, ਜਿਹੜਾ ਬਾਦਸ਼ਾਹ ਸ਼ਾਹਜਹਾਨ ਨਾਲ ਲੋਹਾ ਲੈ ਸਕਦਾ, ਇਹਦੇ ਸਨਮੁਖ ਖਲੋ ਕੇ ਅੜ ਸਕਦਾ, ਪੂਰੇ ਹਿੰਦੁਸਤਾਨ ਦੇ ਵਿੱਚ ਐਸਾ ਕੋਈ ਰਾਜਾ, ਕੋਈ ਜਰਨੈਲ, ਕੋਈ ਬਾਦਸ਼ਾਹ ਨਹੀਂ ਸੀ ਜਿਹੜਾ ਸ਼ਾਹਜਹਾਨ ਦਾ ਮੁਕਾਬਲਾ ਕਰ ਸਕਦਾ। ਚੱਕਰਵਰਤ ਜਿਮ ਪ੍ਰਥਮ ਮਹਾਨੇ, ਜਿਵੇਂ ਪਹਿਲਾਂ ਬੜੇ ਬੜੇ ਚੱਕਰਵਰਤੀ ਰਾਜੇ ਹੁੰਦੇ ਰਹੇ ਨੇ, ਅਬ ਕਲ ਮੈਂ ਇਹ ਤਿੰਨੋ ਸਮਾਨੇ, ਸ਼ਾਹਜਹਾਨ ਵੀ ਉਹਨਾਂ ਚੱਕਰਵਰਤੀ ਰਾਜਿਆਂ ਦੇ ਸਮਾਨ ਹੈ ਇਸ ਕਲਯੁਗ ਦੇ ਵਿੱਚ। ਇਹ ਬੜਾ ਵੱਡਾ ਚੱਕਰਵਰਤੀ ਰਾਜਾ ਹੈ, ਬਾਦਸ਼ਾਹ ਹੈ। 10,000 ਤੋਪਾਂ ਜੇ ਸੰਗ, ਇਹਦੇ ਨਾਲ 10,000 ਤਾਂ ਵੱਡੀਆਂ ਤੋਪਾਂ ਹੀ ਰਹਿੰਦੀਆਂ ਸੀ ਸ਼ਾਹਜਹਾਨ ਦੀ ਫੌਜ ਵਿੱਚ, 10,000 ਵੱਡੀਆਂ ਤੋਪਾਂ ਦਾ ਇਹ ਮਾਲਕ ਸੀ। ਛੋਟੇ ਸ਼ਕਤ ਜਿਨ ਦੇ ਗਿਰ ਭੰਗ, ਜਦੋਂ ਉਹ ਤੋਪਾਂ ਚੱਲਦੀਆਂ ਸੀ ਨਾ 50,000 ਤੋਪਾਂ, ਤੇ ਵੱਡੇ ਤੋਂ ਵੱਡੇ ਕਿਲਿਆਂ ਨੂੰ ਤੋੜ ਕੇ ਮਿੱਟੀ ਚ ਗਰਕ ਕਰਕੇ ਰੱਖ ਦਿੰਦੀਆਂ ਸਨ। ਅਰੇ ਦੁਰਦ ਇਹ ਬੱਪਰੇ ਕਹਾ, ਛੋਟੇ ਮੋਟੇ ਕਿਲੇ ਤਾਂ ਕੀ ਇਹਦੇ ਸਾਹਮਣੇ ਅੜ ਸਕਦੇ ਸਨ। ਹਰ ਹਰ ਤਰ ਤਮ ਪਾਵਤ ਮਹਾ, ਔਰ ਵੱਡੇ ਵੱਡੇ ਜਿਹੜੇ ਰਾਜੇ ਬਾਦਸ਼ਾਹ ਦੇ ਅੱਗੇ ਥਰ ਹਰ ਕੰਬਦੇ ਸਨ। ਅਰਦ ਲੱਚ ਰਹਿ ਤਿਆਰ ਜਮੂਰੇ, ਅੱਧਾ ਲੱਖ ਯਾਨੀ ਕਿ 50,000 ਛੋਟੀਆਂ ਤੋਪਾਂ ਇਹਦੇ ਕੋਲ ਸਨ। ਰਣ ਮੈਂ ਰਿਪਨ ਪ੍ਰਹਾਰੇ ਦੂਰੇ, ਜਿਹੜੀਆਂ ਤੋਪਾਂ ਦੂਰ ਖਲੋਤੇ ਹੋਏ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਮਾਰਦੀਆਂ ਸਨ। ਵੱਡ ਸਮਾਜ ਸੋ ਉਤਰੇ ਉਸ਼ਾਓ, ਏਡਾ ਵੱਡਾ ਸਾਜੋ ਸਮਾਨ ਲੈ ਕੇ ਬਾਦਸ਼ਾਹ ਸ਼ਾਹਜਹਾਨ ਲਾਹੌਰ ਉਤਰਿਆ ਹੋਇਆ ਸੀ। ਸੇਵੇਂ ਸਭ ਚਿਤ ਕੇ ਨਰ ਨਾਹੋ, ਸਾਰੇ ਹਿੰਦੁਸਤਾਨ ਦੀ ਧਰਤੀ ਦੇ ਰਾਜੇ ਦੀ ਸੇਵਾ ਕਰਦੇ ਸਨ। ਇੱਕ ਦਿਨ ਨਿਤ ਸੇਵ ਲਵਪੁਰ ਛੋਰਾ, ਇੱਕ ਦਿਨ ਦੀ ਬਾਤ ਹੈ ਕਿ ਬਾਦਸ਼ਾਹ ਸ਼ਾਹਜਹਾਨ ਲਾਹੌਰ ਦੇ ਵਿੱਚੋਂ ਇੱਕ ਦਿਨ ਬਾਹਰ ਨੂੰ ਬੰਨ ਨੂੰ ਜੰਗਲ ਨੂੰ ਨਿਕਲਿਆ। ਕਰ ਕੇ ਸਦਨ ਸੁਦਾ ਸਰ ਔਰਾ, ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਵੱਧ ਕੇ ਆਇਆ। ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਦਾ ਕੋਈ ਬਹੁਤਾ ਪੰਧ ਨਹੀਂ ਹੈ, ਇਹ ਸ਼ਿਕਾਰ ਖੇਡਦਾ ਖੇਡਦਾ ਚੱਲਦਾ ਚੱਲਦਾ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਆਇਆ। ਕਾਨਨ ਮੈਂ ਗਨ ਜੀਵਨ ਕਾਵੇ, ਜੰਗਲ ਵਿੱਚ ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਖੇਡਦਾ, ਉਹਨਾਂ ਨੂੰ ਮਾਰਦਾ ਸ਼ਾਹਜਹਾਨ। ਸਵਾਨਨ ਤੇ ਗਨ ਮ੍ਰਿਗਨ ਗਾਵੇ, ਆਪਣੇ ਸ਼ਿਕਾਰੀ ਕੁੱਤਿਆਂ ਦੇ ਕੋਲੋਂ ਹਿਰਨਾਂ ਦਾ ਸ਼ਿਕਾਰ ਖੜਾਉਂਦਾ ਹੈ, ਉਹਨਾਂ ਨੂੰ ਹਿਰਨਾਂ ਦੇ ਪਿੱਛੇ ਛੱਡ ਕੇ ਹਿਰਨਾਂ ਨੂੰ ਮਰਵਾਉਂਦਾ ਹੈ। ਵਰਤ ਅਖੇਰ
ਆਦ ਮਗ ਆਵਾ। ਇਹ ਤਾਂ ਸ਼ਿਕਾਰ ਖੇਡਦਾ ਖੇਡਦਾ ਅੱਧਾ ਰਸਤਾ ਤੈ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਤੱਕ ਦਾ ਅੱਗੇ ਆ ਗਿਆ। ਸ਼ਰਮਤ ਸ਼ਾਹ ਤੈ ਕੁਝ ਅਲਸਾਵਾ, ਥੱਕ ਗਿਆ ਪੈਂਡਾ ਤੈ ਕਰਕੇ ਤੈਨੂੰ ਥੋੜਾ ਜਿਹਾ ਆਲਸ ਛਾ ਗਿਆ। ਅਰੇ ਉਹ ਨਿਵੇਸ਼ ਨਿਸਾ ਬਿਸਰਾਮਾ, ਨਾਲ ਦੇ ਸਾਥੀਆਂ ਨੂੰ ਕਿਹਾ ਵੀ ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ, ਅੱਜ ਰਾਤ ਇੱਥੇ ਹੀ ਟਿਕਾਣਾ ਕਰਾਂਗੇ। ਉੱਥੇ ਹੀ ਤੰਬੂ ਗੱਡ ਦਿੱਤੇ ਗਏ, ਕਨਾਤਾਂ ਤਾਣ ਦਿੱਤੀਆਂ ਗਈਆਂ, ਸ਼ਮਿਆਨੇ ਤਾਣ ਦਿੱਤੇ ਗਏ। ਲਗੇ ਤਾਂ ਤੰਬੂ ਅਭਿਰਾਮਾ, ਬੜੇ ਬੜੇ ਸੋਹਣੇ ਤੰਬੂ ਬਾਦਸ਼ਾਹ ਦੇ ਉੱਥੇ ਹੀ ਲੱਗ ਗਏ ਜਿੱਥੇ ਇਹਨੇ ਆਰਾਮ ਕਰਨਾ ਸੀ। ਬ੍ਰਿੰਦ ਬਾਨੀ ਉਮੜ ਤੇ ਆਈ, ਇਹਦੇ ਨਾਲ ਫੌਜ ਵੀ ਬਹੁਤ ਹੈ, ਸ਼ਿਕਾਰ ਖੇਡਣ ਆਈ ਹੋਈ ਉਹ ਵੀ ਬੇਅੰਤ ਹਨ। ਕਰਦੀ ਨਸ ਡੇਰਾ ਚੌਂਕਾਈ, ਚਾਰੇ ਪਾਸੇ ਸਾਰਿਆਂ ਨੇ ਵਧੀਆ ਥਾਂ ਭਲਾ ਥਾਂ ਵੇਖ ਕੇ ਡੇਰਾ ਕਰ ਦਿੱਤਾ। ਰਜ ਬਾਜੀ ਕੇ ਬਨ ਮੱਥ ਗੇਰਾ, ਵੱਡੇ ਵੱਡੇ ਹਾਥੀ, ਉਹਨਾਂ ਹਾਥੀਆਂ ਨੇ ਮੱਥ ਕੇ ਜੰਗਲਾਂ ਦੇ ਵੱਡੇ ਵੱਡੇ ਦਰਖਤ ਪੁੱਟ ਸੁੱਟੇ ਹਨ। ਉਤਰੇ ਉਹ ਲਸ਼ਕਰ ਸ਼ਾਹ ਕਨੇਰਾ, ਇਸ ਤਰ੍ਹਾਂ ਬਾਦਸ਼ਾਹ ਸ਼ਾਹਜਹਾਨ ਦਾ ਬੜਾ ਵੱਡਾ ਭਾਰੀ ਲਸ਼ਕਰ ਇਸ ਜਗ੍ਹਾ ਤੇ ਉਤਰਿਆ। ਕਨ ਉਮਰਾਵ ਚਮੂ ਜੁੱਤੇ ਆਏ, ਸਾਰੇ ਵੱਡੇ ਵੱਡੇ ਅਹਿਲਕਾਰ ਅਫਸਰ ਜਿਹੜੇ ਆਪਣੀ ਆਪਣੀ ਫੌਜ ਸਮੇਤ ਆਪਣੇ ਆਪਣੇ ਜਥੇ ਸਮੇਤ ਚੱਲ ਕੇ ਆਏ ਨੇ। ਜੋ ਨਿਤ ਕਰੇ ਸਲਾਮਨ ਜਾਏ, ਰੋਜ਼ ਜਾ ਕੇ ਬਾਦਸ਼ਾਹ ਕੋਲ ਸਲਾਮਾਂ ਕਰਦੇ ਸੀ, ਚੁੱਕ ਚੁੱਕ ਕੇ ਬਾਦਸ਼ਾਹ ਨੂੰ ਮੱਥੇ ਟੇਕਦੇ ਸਨ। ਆਨ ਪਾਨ ਕਰਕੇ ਸਮੁਦਾਈ, ਇਹਨਾਂ ਸਾਰਿਆਂ ਨੇ ਰਾਤ ਦਾ ਸਮਾਂ ਸੀ ਖਾਣ ਪਾਨ ਕੀਤਾ। ਸੁਪਤ ਜਥਾ ਸੁਖ ਰਾਤ ਬਿਤਾਈ, ਰਾਤ ਬੜੇ ਸੁਖ ਦੇ ਨਾਲ ਖਾ ਪੀ ਕੇ, ਸ਼ਰਾਬਾਂ ਪੀਣ ਵਾਲੇ ਲੋਕ ਸਨ, ਸ਼ਿਕਾਰ ਖੇਡ ਕੇ ਲਿਆਏ ਹੋਏ ਸਨ ਜਾਨਵਰਾਂ ਦਾ, ਉਹਨਾਂ ਦਾ ਮਾਸ ਖਾ ਕੇ ਔਰ ਪਿਆਲੇ ਪੀ ਕੇ ਰਾਤ ਨੂੰ ਸੌ ਗਏ। ਭਾਈ ਪ੍ਰਾਤ ਪਿਖ ਜਾਗੇ ਉਸ਼ਾਊ, ਅਗਲਾ ਦਿਨ ਚੜਿਆ, ਦਿਨ ਚੜਦਾ ਵੇਖ ਕੇ ਬਾਦਸ਼ਾਹ ਸ਼ਾਹਜਹਾਨ ਉੱਠਿਆ। ਕਰਨ ਅਖੇਰ ਚਹਿਤ ਚਿਤ ਮਾਓ, ਅੱਜ ਫੇਰ ਸ਼ਿਕਾਰ ਖੇਡਣਾ ਚਾਹੁੰਦਾ ਬਾਦਸ਼ਾਹ, ਕਿਉਂਕਿ ਰਾਜਿਆਂ ਦੀ ਬਿਰਤੀ ਹੁੰਦੀ ਹੈ ਸ਼ਿਕਾਰ ਖੇਡਣਾ, ਤੋ ਸ਼ਿਕਾਰ ਖੇਡਣ ਵਾਸਤੇ ਦੇ ਮਨ ਚ ਅੱਜ ਫੇਰ ਚਾਉ ਜਾਗਿਆ ਕਿ ਸ਼ਿਕਾਰ ਖੇਡੀਏ। ਕਨ ਚੀਤੇ ਅਰ ਸਵਾਨ ਬਿਸਾਲੇ, ਸ਼ਿਕਾਰ ਖੇਡਣ ਵਾਸਤੇ ਦੇ ਨਾਲ ਸ਼ਿਕਾਰੀ ਕੁੱਤੇ ਬਹੁਤ ਨੇ, ਚੀਤੇ ਨੇ ਬੜੇ ਰੱਖੇ ਹੋਏ ਜਿਹੜੇ ਸ਼ਿਕਾਰ ਖੇਡਦੇ ਹਨ। ਪਖੇਤ ਆਮਿਖ ਕ੍ਰਿਤ ਬਲ ਵਾਲੇ, ਔਰ ਇਹੋ ਜਿਹੇ ਬਲਵਾਨ ਨੇ ਕਿ ਉਹ ਮਾਸ ਖਾਣ ਨੂੰ ਭਖਣ ਨੂੰ ਬੜੀ ਤੇਜ਼ੀ ਨਾਲ ਦੌੜ ਕੇ ਝਪਟ ਮਾਰਦੇ ਹਨ। ਬਹਿਰੀ ਬਾਜ ਕੋਈ ਬਹੁ ਸ਼ਿਕਰੇ, ਇਹਦੇ ਕੋਲ ਬਾਜ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਨੇ ਸ਼ਾਹਜਹਾਨ ਕੋਲ, ਬਹਿਰੀਆਂ ਬਾਜ ਕੁਈਆਂ ਸ਼ਿਕਰੇ ਇਹ ਸਭ ਬਾਜਾਂ ਦੀਆਂ ਕਿਸਮਾਂ ਹਨ। ਲਗਰ ਝਗਰ ਜੁਰਰੇ ਖਗ ਪਤਰੇ, ਵੱਡੇ ਵੱਡੇ ਲੱਗਰ ਝਗਰ ਜੁਰਰੇ ਜਿਹੜੇ ਪੰਛੀਆਂ ਨੂੰ ਫੜ ਕੇ ਦਬੋਚ ਲੈਣ ਵਾਲੇ ਇਹ ਵੀ ਸਾਰੇ ਬਾਜ ਹਨ। ਬਾਜ ਜੁਹੀਲੀ ਨੇ ਗਨ ਆਇਓ, ਬੜੇ ਬੜੇ ਕੀਮਤੀ ਬਾਜ ਲੈ ਕੇ ਇਹ ਆਪਣੇ ਨਾਲ ਉਹਨਾਂ ਨੂੰ ਲੈ ਕੇ ਸ਼ਿਕਾਰ ਖੇਡਣ ਵਾਸਤੇ ਆਇਆ। ਵਿਖੇ ਤਮਾਸ਼ਾ ਆਵਤ ਤਾਇਓ, ਇੱਦਾਂ ਤਮਾਸ਼ੇ ਵੇਖਦਾ ਹੋਇਆ ਬਾਜਾਂ ਨੂੰ ਸ਼ਿਕਾਰ ਖੇਡਦਿਆਂ ਕੁੱਤਿਆਂ ਨੂੰ ਸ਼ਿਕਾਰ ਖੇਡਦਿਆਂ ਵੇਖਦਾ ਹੋਇਆ
ਬਾਦਸ਼ਾਹ ਸ਼ਾਹਜਹਾਨ ਟੁਰਿਆ ਆਉਂਦਾ ਨਿਕਟ ਸੁਦਾ ਸਰ ਪਹੁੰਚੇ ਆਏ ਚਲਦਾ ਚਲਦਾ ਸ਼ਿਕਾਰ ਖੇਡਦਾ ਖੇਡਦਾ ਸ਼ਾਹਜਹਾਨ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਆ ਪਹੁੰਚਿਆ ਕੋਸ 600-700 ਰਹਿਗੀ ਥਾਏ ਕਿੱਥੇ ਆਇਆ ਹੈ ਸ਼ਾਹਜਹਾਨ ਇਥੋਂ ਤਕਰੀਬਨ ਅੰਮ੍ਰਿਤਸਰ ਸ਼ਹਿਰ 6-7 ਕੋਹ ਦੀ ਵਾਟ ਤੇ ਰਹਿ ਗਿਆ 6-7 ਕੋਹ ਦੇ ਫਾਸਲੇ ਦੇ ਉੱਤੇ ਨਗਰ ਰਹਿ ਗਿਆ ਅੰਮ੍ਰਿਤਸਰ ਸਾਹਿਬ ਜਿੱਥੇ ਤੱਕ ਆਇਆ ਇਤ ਤੇ ਸਤਗੁਰ ਚਿਓ ਅਖੇਰੇ ਉਧਰੋਂ ਸ਼ਾਹਜਹਾਨ ਆ ਗਿਆ ਨੇੜੇ ਸ਼ਿਕਾਰ ਖੇਡਣ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਫੁਰਨਾ ਕੀਤਾ ਚਲੋ ਫੌਜੋ ਅੱਜ ਸ਼ਿਕਾਰ ਖੇਡੀਏ ਮਹਾਰਾਜ 6ਵੇਂ ਪਾਤਸ਼ਾਹ ਜੀ ਵੀ ਸ਼ਿਕਾਰ ਤੇ ਚੜੇ ਹਨ ਅਲੀ ਤੁਰੰਗ ਮੰਗਾਇਓ ਨੇਰੇ ਗੁਰਦੇਵ ਨੇ ਸ਼ਿਕਾਰ ਤੇ ਜਾਣ ਵਾਸਤੇ ਆਪਣਾ ਬੜਾ ਬਲੀ ਤੇਜ ਘੋੜਾ ਜਿਹੜਾ ਜਿਹਦੇ ਸਰੀਰ ਵਿੱਚ ਬਲ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਐਸਾ ਬਲਵਾਨ ਘੋੜਾ ਪਾਤਸ਼ਾਹ ਨੇ ਆਪਣੇ ਲਈ ਮੰਗਵਾਇਆ ਸ਼ਿੰਗਾਰ ਕੇ ਗਨ ਸੁਪਟਨ ਕੋ ਸੁਧ ਜਬ ਹੋਈ ਮਹਾਰਾਜ ਜੀ ਦੇ ਸੂਰਮਿਆਂ ਨੂੰ ਯੋਧਿਆਂ ਨੂੰ ਜਦੋਂ ਇਸ ਗੱਲ ਦੀ ਖਬਰ ਹੋਈ ਕਿ ਸਤਿਗੁਰੂ ਸ਼ਿਕਾਰ ਤੇ ਚੜਨ ਲੱਗੇ ਨੇ ਭਏ ਤਿਆਰ ਤੂਰਨ ਸਭ ਕੋਈ ਉਹ ਵੀ ਸਾਰੇ ਤਿਆਰ ਹੋ ਗਏ ਨਾਲ ਜਾਣ ਵਾਸਤੇ ਭਾਈ ਬਿਧੀ ਚੰਦ ਜੀ ਵਰਗੇ ਜੇਠਾ ਜੀ ਭਾਈ ਤਲੋਕਾ ਜੀ ਨਿਹਾਲਾ ਜੀ ਵਰਗੇ ਬੜੇ ਬੜੇ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਗਏ ਹਯਨ ਜੀ ਨ ਪਾਏ ਤਤਕਾਲਾ ਹਯਨ ਕਹਿੰਦੇ ਨੇ ਘੋੜਿਆਂ ਨੂੰ ਘੋੜਿਆਂ ਦੇ ਉੱਤੇ ਸਭ ਨੇ ਕਾਠੀਆਂ ਪਾ ਲਈਆਂ ਕਈਆਂ ਕਾਠੀਆਂ ਪਾਈਆਂ ਕਈਆਂ ਨੇ ਕੱਲੇ ਤਾਰੂ ਪਾ ਲਏ ਕਾਠੀ ਦੇ ਉੱਤੇ ਬਹਿਣਾ ਸੌਖਾ ਹੁੰਦਾ ਹੈ ਪਰ ਤਾਰੂ ਪਾਇਆ ਹੋਵੇ ਉਹਦੇ ਤੇ ਪਲਾਕੀ ਮਾਰ ਕੇ ਬੈਠਣਾ ਥੋੜਾ ਜਿਹਾ ਕਠਿਨ ਵੀ ਹੁੰਦਾ ਹੈ ਕਈਆਂ ਨੇ ਤਾਰੂ ਪਾ ਲਏ ਵੀ ਕਾਠੀ ਨਹੀਂ ਪਾਈ ਓਦਾਂ ਹੀ ਉੱਤੇ ਕੱਪੜਾ ਪਾ ਕੇ ਤੇ ਬੈਲਟ ਦੇ ਨਾਲ ਉਹਨੂੰ ਕੱਸ ਲਿਆ ਹੈ ਉਹਨੂੰ ਤਾਰੂ ਕਹਿੰਦੇ ਹੈ ਉਹ ਤਾਰੂ ਪਾ ਕੇ ਜਾਂ ਕਾਠੀਆਂ ਪਾ ਲਈਆਂ ਕਈਆਂ ਨੇ ਤੇ ਘੋੜੇ ਸ਼ਿੰਗਾਰ ਲਏ ਤਿਆਰ ਬਰ ਤਿਆਰ ਹੋ ਕੇ ਚੱਲ ਪਏ ਬਸਤਰ ਸ਼ਸਤਰ ਸਭ ਧਰੇ ਬਿਸਾਲਾ ਸਭ ਨੇ ਬੜੇ ਬੜੇ ਸੋਹਣੇ ਬਸਤਰ ਬੜੇ ਬੜੇ ਸੁੰਦਰ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹਨ ਬੜੇ ਤੁਰਤ ਸਤਗੁਰ ਟਿਗੇ ਆਏ ਔਰ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਨੂੰ ਲੈ ਕੇ ਮਹਾਰਾਜ 6ਵੇਂ ਪਾਤਸ਼ਾਹ ਦੇ ਕੋਲ ਆ ਪੁੱਜੇ ਨਿਜ ਕੰਦਨ ਬੰਦੂਕ ਟਿਕਾਏ ਹੋਰ ਵੱਡੀਆਂ ਵੱਡੀਆਂ ਅੱਜ ਵਾਂਗੂ ਬੰਦੂਕਾਂ ਨਹੀਂ ਸੀ ਹੁੰਦੀਆਂ ਉਦੋਂ ਛੋਟੀਆਂ ਵੱਡੀਆਂ ਵੱਡੀਆਂ ਬੰਦੂਕਾਂ ਹੁੰਦੀਆਂ ਸਨ ਉਹ ਬੰਦੂਕਾਂ ਆਪਣੇ ਮੋਢਿਆਂ ਤੇ ਰੱਖ ਕੇ ਬੜੇ ਤਿਆਰ ਬਰ ਤਿਆਰ ਹੋ ਕੇ ਚੱਲ ਕੇ ਆਏ ਕਹਿ ਤੋਮਰ ਕਹਿ ਗਈ ਕਮਾਨ ਕਿਸੇ ਦੇ ਹੱਥ ਵਿੱਚ ਤੋਮਰ ਬਰਛੀ ਹੈ ਛੋਟੀ ਕਿਸੇ ਨੇ ਹੱਥ ਵਿੱਚ ਵੱਡਾ ਨੇਜਾ ਫੜਿਆ ਹੋਇਆ ਕਿਸੇ ਦੇ ਹੱਥ ਵਿੱਚ ਬਰਛਾ ਫੜਿਆ ਹੋਇਆ ਕਿਸੇ ਦੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਕਿਸੇ ਨੇ ਤਬਰ ਫੜਿਆ ਹੋਇਆ ਏਦਾਂ ਸਭ ਦੇ ਹੱਥਾਂ ਦੇ ਵਿੱਚ ਸ਼ਸਤਰ ਨੇ ਹਥਿਆਰ ਹਨ ਇਸ ਪ੍ਰਕਾਰ ਹੋਏ ਸਾਵਧਾਨ ਕਿਸੇ ਦੇ ਹੱਥ 'ਚ ਕਮਾਨ ਹੈ ਤੀਰ ਕਮਾਨ ਧਾਰਨ ਕੀਤਾ ਹੋਇਆ ਹੈ ਇਸ ਪ੍ਰਕਾਰ ਨਾਲ ਸਾਵਧਾਨ ਹੋ ਕੇ ਇਹਨਾਂ ਸ਼ਸਤਰਾਂ ਦੇ ਸਹਿਤ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਕੇ ਸਤਿਗੁਰ ਗਰੇ ਖੜਗ ਕੋ ਪਾਏ ਮਹਾਰਾਜ ਜੀ ਦੇ ਕੋਲ ਆਏ ਨੇ ਸੱਜ ਧੱਜ ਕੇ ਸੂਰਮੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਪਣੇ ਗਾਤਰੇ ਤਿੱਖੀ ਤੇਗ ਜਿਹਦੀ ਧਾਰ ਦੇ ਉੱਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ 'ਚ ਵੰਡੀ ਜਾਏ
ਇਹੋ ਜਿਹੀ ਤਿੱਖੀ ਧਾਰ ਵਾਲੀ ਤੇਗ ਮਹਾਰਾਜ ਜੀ ਨੇ ਆਪਣੇ ਗਾਤਰੇ ਧਾਰਨ ਕੀਤੀ, ਜਿਹਨੂੰ ਖੜਗ ਕਹਿੰਦੇ ਨੇ। ਖੜਗ ਖੰਡੇ ਨੂੰ ਵੀ ਕਹਿੰਦੇ ਨੇ, ਖੜਗ ਤੇਗੇ ਨੂੰ ਵੀ ਕਹਿੰਦੇ ਨੇ। ਤੇਗੇ ਦਾ ਜਿਹੜਾ ਫਲ ਹੁੰਦਾ ਉਹ ਚਾਰ ਉਂਗਲਾਂ ਤੋਂ ਵੀ ਜ਼ਿਆਦਾ ਚੌੜਾ ਹੁੰਦਾ ਹੈ, ਔਰ ਵੱਢਣ ਕੱਟਣ ਦੇ ਕੰਮ ਜ਼ਿਆਦਾ ਤੇਗਾ ਹੀ ਆਉਂਦਾ ਹੈ। ਤੋ ਤੇਗਾ ਸ਼ਿਕਾਰ ਖੇਡਣ ਦੇ ਵਾਸਤੇ ਵੀ ਬੜਾ ਕੰਮ ਆਉਂਦਾ ਹੈ। ਉਹ ਵੱਡਾ ਤੇਗਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਗਾਤਰੇ ਵਿੱਚ ਧਾਰਨ ਕੀਤਾ ਹੈ। ਧਰ ਧਰ ਕਸ਼ ਕਟ ਕਸੀ ਸੁਹਾਏ, ਛੇਵੇਂ ਪਾਤਸ਼ਾਹ ਚੌੜਾ ਤੇਗਾ ਆਪਣੇ ਗਾਤਰੇ ਧਾਰਨ ਕਰਿਆ ਕਰਦੇ ਸਨ। ਅੱਜ ਵੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਤੇਗਾ ਜੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਗੱਲ ਬਾਬਾ ਬਿਧੀ ਚੰਦ ਜੀ ਦੇ, ਜਿਹੜੇ ਬਾਬਾ ਬਿਧੀ ਚੰਦ ਜੀ ਦੀ ਅੰਸ਼ ਵੰਸ਼ ਵਿੱਚੋਂ ਦਲ ਚੱਲਦਾ ਇਸ ਵੇਲੇ ਉਸ ਸਥਾਨ ਦੇ, ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਜੋ ਜਥੇਦਾਰ ਨੇ ਬਾਬਾ ਅਵਤਾਰ ਸਿੰਘ ਜੀ ਹਨ, ਉਹਨਾਂ ਦੇ ਖਜ਼ਾਨੇ ਦੇ ਵਿੱਚ ਉਹ ਸ਼ਸਤਰ ਨੇ, ਕਦੇ ਕਦਾਈ ਸੰਗਤ ਨੂੰ ਦਰਸ਼ਨ ਕਰਾਉਂਦੇ। ਬੜਾ ਚੌੜਾ ਤੇਗਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ। ਤੋ ਇਹੋ ਜਿਹਾ ਤੇਗਾ ਮਹਾਰਾਜ ਜੀ ਆਪਣੇ ਗਾਤਰੇ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਜੋ ਬੜੀਆਂ ਬਲਵਾਨ ਹਨ, ਕੰਧੇ ਤਨੁਖ ਕਠੋਰ ਕਰਾਲਾ, ਆਪਣੇ ਮੋਢੇ ਦੇ ਉੱਤੇ ਗੁਰਦੇਵ ਨੇ ਕਠੋਰ ਤਨਖ, ਜਿਹਦੀ ਜਿਹੜੀ ਛੜ ਹੈ ਉਹਨੂੰ ਨੌਂ ਟੰਕਾ ਕਹਿੰਦੇ। ਨੌਂ ਟੰਕਾ ਤਨਖ ਕਿਉਂ, ਕੀ ਹੁੰਦਾ ਹੈ ਵੀ ਨੌ ਨੌ ਮਨ ਵਜਨ ਦੋਹਾਂ ਸਿਰਿਆਂ ਤੇ ਛੜ ਦੇ ਬੰਨ ਦਿੰਦੇ। ਮੋਟੀ ਛੜ ਹੁੰਦੀ ਲੱਕੜ ਦੀ, ਉਹ ਛੜ ਦੇ ਦੋਹਾਂ ਸਿਰਿਆਂ ਦੇ ਉੱਤੇ ਨੌ ਨੌ ਮਨ ਵਜਨ ਬੰਨ ਦੇਣਾ, ਉਹ ਬੰਨ ਕੇ ਰੱਖਣਾ ਤੇ ਵਿਚਕਾਰੋਂ ਨੂੰ ਕਿੱਲੀ ਦੇ ਹਿਸਾਬ ਦੇ ਨਾਲ ਟੰਗ ਦੇਣਾ, ਜਿਵੇਂ ਤੱਕੜੀ ਦੇ ਨਾਲ ਦੋ ਛਾਬੇ ਪਾ ਦਿੰਦੇ ਨੇ, ਏਦਾਂ ਰੱਖ ਦੇਣਾ ਤੇ ਹੌਲੇ ਹੌਲੇ ਕਰਕੇ ਉਹ ਥੋੜਾ ਜਿਹਾ ਲਿਫ ਜਾਂਦੀ ਸੀ ਛੜ, ਉਹ ਤਾਂ ਲਫਾਣੀ ਪੈਂਦੀ ਸੀ ਤਾਂ ਜੋ ਉਹਦੇ ਤੇ ਤੰਦੀ ਜਿਹੜੀ ਆ ਉਹ ਖਿੱਚ ਕੇ ਚਾੜੀ ਜਾ ਸਕੇ। ਉਹ ਨੌ ਨੌ ਮਨ ਵਜਨ ਭਾਰ ਦੇ ਨਾਲ ਉਹਨੂੰ ਥੋੜਾ ਜਿਹਾ ਲਿਫਾਇਆ ਜਾਂਦਾ ਸੀ ਛੜ ਨੂੰ, ਉਹਦੇ ਤੇ ਫਿਰ ਮਹਾਰਾਜ ਜੀ ਤੰਦੀ ਚਾੜਦੇ ਸਨ, ਫਿਰ ਉਹਨੂੰ ਕੰਨਾਂ ਤੱਕ ਖਿੱਚਦੇ ਸਨ। ਜਿਹੜੀ ਨੌ ਨੌ ਮਨ ਵਜਨ ਦੇ ਨਾਲ ਵੀ ਥੋੜੀ ਜਿਹੀ ਲਿਫਦੀ ਸੀ ਉਹਨੂੰ ਪੂਰਨ ਤੌਰ ਤੇ ਮਹਾਰਾਜ ਜੀ ਆਪਣੇ ਕੰਨਾਂ ਤੱਕ ਖਿੱਚ ਕੇ ਤੀਰ ਚਲਾਉਂਦੇ, ਤਦੇ ਤੇ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਤੀਰ ਪਾਰ ਕਰ ਜਾਂਦਾ ਸੀ। ਇੰਨਾ ਬਲ ਸੀ ਮਹਾਰਾਜ ਜੀ ਦੇ ਭੁਜ ਦੰਡਿਆਂ ਵਿੱਚ। ਇਹੋ ਜਿਹਾ ਨੌ ਟੰਕਾ ਧਨਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸਰੀਰ ਤੇ ਸਜਾਇਆ। ਭਏ ਤਿਆਰ ਸਤਿਗੁਰ ਤਤਕਾਲਾ, ਕੰਨ ਦੇ ਨਾਲ ਤੀਰਾਂ ਦੇ ਪੱਥੇ ਦੀ ਪੇਟੀ ਕੱਸੀ, ਮੋਢੇ ਦੇ ਉੱਤੇ ਤੀਰਾਂ ਦਾ ਪੱਥਾ ਜਿਹੜਾ ਹੈ ਉਹ ਧਾਰਨ ਕੀਤਾ, ਜਿਹਦੇ ਵਿੱਚ ਚਾਰ ਚਾਰ ਉਂਗਲ ਫੁਲਾਦੀ ਤੀਰ ਹਨ, ਖਪਰੇ ਤੀਰ ਹਨ। ਚੰਚਲ ਬਲੀ ਕੁਮੈਤ ਸੁਬਾਜ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਆਇਆ ਜਿਹਨੂੰ ਕੁਮੈਤ ਰੰਗ ਦਾ ਲਿਖਿਆ। ਕੁਮੈਤ ਰੰਗ ਹੁੰਦਾ ਵੀ ਕਾਲੇ ਜੇ ਭਾ ਦਾ ਰੰਗ, ਜਿਹੜਾ ਲਾਲ ਰੰਗ ਹੁੰਦਾ ਤੇ ਜਿਹਦੇ ਵਿੱਚੋਂ ਕਾਲਾ ਕਾਲਾ ਜਿਹਾ ਭਾ ਨਜ਼ਰ ਆਵੇ ਉਹਨੂੰ ਕੁਮੈਤ ਘੋੜਾ ਕਹਿੰਦੇ ਨੇ। ਕੁਮੈਤ ਰੰਗਾ ਘੋੜਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਵਾਸਤੇ ਮੰਗਵਾਇਆ ਹੈ। ਆਰੋਹੇ ਗੈ ਕਰ ਧਰ ਬਾਜ, ਆਪਣੇ ਹੱਥ ਵਿੱਚ ਬੜਾ ਸੁੰਦਰ ਬਾਜ ਮਹਾਰਾਜ ਜੀ ਨੇ ਛੇਵੇਂ ਪਾਤਸ਼ਾਹ ਨੇ ਧਾਰਨ ਕੀਤਾ ਹੈ, ਔਰ ਬਾਜ ਆਪਣੇ ਹੱਥ ਵਿੱਚ ਧਾਰਨ ਕਰਕੇ ਆਪਣੇ ਕੁਮੈਤ ਘੋੜੇ ਤੇ ਸਵਾਰ ਹੋਏ ਨੇ। ਜ਼ੁਰੇ ਕੋਈ ਸਵਾਨ ਬਲਵੰਤੇ, ਦੇਵ ਨੇ ਵੀ ਆਪਣੇ ਨਾਲ ਬੜੇ ਬੜੇ ਕੀਮਤੀ ਬਾਜ ਰੱਖੇ, ਜ਼ੁਰੇ ਕੁਈਆਂ ਢੋਕੇ ਬਾਸ਼ੇ ਏਦਾਂ ਦੀਆਂ ਕਿਸਮਾਂ ਦੇ ਬਹੁਤ ਸਾਰੇ ਬਾਜ ਨੇ ਮਹਾਰਾਜ ਜੀ ਦੇ ਕੋਲ। ਫਿਰ
ਸ਼ਿਕਾਰ ਖੇਡਣ ਵਾਸਤੇ ਹਿਰਨਾਂ ਦਾ ਸ਼ਿਕਾਰੀ ਕੁੱਤੇ ਨੇ ਚੀਤੇ ਰੱਖੇ ਹਨ। ਮੀਰ ਸ਼ਿਕਾਰ ਸੰਗ ਗਮਨੰਤੇ, ਇਹ ਜਿਹੜੇ ਸ਼ਿਕਾਰ ਖੇਡਣ ਵਾਲੇ ਜਾਨਵਰ ਇਹਨਾਂ ਨੂੰ ਸੰਭਾਲਣ ਦਾ ਜਿਹੜਾ ਕੰਮ ਕਰਦੇ ਸੀ ਉਹ ਮੀਰ ਸ਼ਿਕਾਰੀ ਕਰਿਆ ਕਰਦੇ ਸੀ। ਜਿਹੜੇ ਮੀਰ ਸ਼ਿਕਾਰੀ ਨੇ ਉਹ ਇਹਨਾਂ ਨੂੰ ਸੰਭਾਲਣ ਦਾ ਕੰਮ ਕਰਿਆ ਕਰਦੇ ਸਨ। ਦੋਏ ਤ੍ਰੈ ਕੋਸ ਫਿਰੇ ਬਨ ਗਾਹ ਤੋਂ, ਮੀਰ ਸ਼ਿਕਾਰੀ ਨਾਲ ਨੇ ਤਕਰੀਬਨ 2-3 ਕੋਹ ਦਾ ਪੈਂਡਾ ਤੈਅ ਕਰਕੇ ਅੱਗੇ ਤੱਕ ਜੰਗਲ ਵਿੱਚ ਮਹਾਰਾਜ ਜੀ ਆਏ ਹਨ। ਹਨ ਬੇਸੂਕਰ ਸਸੇ ਉਮਾਹਤ, ਔਰ ਬਹੁਤ ਸਾਰੇ ਸ਼ਿਕਾਰ ਖੇਡਦਿਆਂ ਮਹਾਰਾਜ ਜੀ ਸਹਿਆਂ ਦਾ ਸ਼ਿਕਾਰ ਖੇਡਦੇ ਨੇ। ਜੰਗਲ ਵਿੱਚ ਜਿਹੜੇ ਜੰਗਲੀ ਸੂਰ ਹੁੰਦੇ ਨੇ ਉਹਨਾਂ ਦਾ ਸ਼ਿਕਾਰ ਖੇਡਦੇ ਨੇ। ਆਗਾ ਸ਼ਾਹ ਜਹਾਂ ਕੋ ਜਹਾਂ, ਅੱਗੇ ਬਾਦਸ਼ਾਹ ਦਾ ਵੀ ਨੇੜੇ ਹੀ ਹੈ ਪੜਾ, ਬਾਦਸ਼ਾਹ ਸ਼ਾਹ ਜਹਾਨ ਵੀ ਅੱਗੇ ਨੇੜੇ ਹੀ ਸੀ। ਸ੍ਰੀ ਹਰਗੋਬਿੰਦ ਗਮਨੇ ਤਾਂ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਸ਼ਾਹ ਜਹਾਨ ਦਾ ਡੇਰਾ ਸੀ ਤਕਰੀਬਨ ਬਿਲਕੁਲ ਉਹਦੇ ਨੇੜੇ ਜਾ ਪਹੁੰਚੇ ਨੇ। ਚਤਰ ਕੋਸ ਕੋ ਅੰਤਰ ਰਹੇ ਹੋ, 4 ਕੋਹ ਦਾ ਫਾਸਲਾ ਰਹਿ ਗਿਆ, ਡਿਸਟੈਂਸ ਰਹਿ ਗਿਆ ਮਹਾਰਾਜ ਜੀ ਵਿੱਚ ਤੇ ਬਾਦਸ਼ਾਹ ਸ਼ਾਹ ਜਹਾਨ ਵਿੱਚ। 4 ਕੋਹ ਦੀ ਵਾਟ ਦੇ ਉੱਤੇ ਅੱਗੇ ਬਾਦਸ਼ਾਹ ਤੇ 4 ਕੋਹ ਤੇ ਉਰਲੇ ਪਾਸੇ 6ਵੇਂ ਪਾਤਸ਼ਾਹ ਹਨ। ਕਰਿਓ ਅਖੇਰ ਜਿਤਕ ਚਿਤ ਚਾਹਿਓ, ਜਿੰਨਾ ਮਹਾਰਾਜ ਜੀ ਦੇ ਮਨ ਨੂੰ ਭਾਇਆ ਪਾਤਸ਼ਾਹ ਨੇ ਰੱਜ ਕੇ ਸ਼ਿਕਾਰ ਖੇਡਿਆ। ਤੀਤਰ ਲਵਾ ਬਟੇਰ ਸੰਘਾਰੇ, ਲਵੇ ਲਵੇ ਜਿਹੜੇ ਬਟੇਰੇ ਸਨ ਤਿੱਤਰ ਸਨ ਉਹਨਾਂ ਦਾ ਸ਼ਿਕਾਰ ਖੇਡਿਆ। ਸੂਕਰ ਸਸੇ ਬਿਲੋਕ ਪ੍ਰਹਾਰੇ, ਬਹੁਤ ਸਾਰੇ ਸੂਰ ਤੇ ਬਹੁਤ ਸਾਰੇ ਜਿਹੜੇ ਹਿਰਨ ਆਦਿਕ ਉਹਨਾਂ ਨੂੰ ਘੇਰ ਘੇਰ ਕੇ ਉਹਨਾਂ ਦਾ ਸ਼ਿਕਾਰ ਕੀਤਾ। ਹਯਨ ਪਲਾਵਤ ਪਾਛੇ ਪਰੇ, ਘੋੜੇ ਦੌੜਾ ਕੇ ਉਹਨਾਂ ਦੇ ਪਿੱਛੇ ਦੌੜਦੇ ਨੇ ਸੂਰਮੇ ਯੋਧੇ ਸ਼ਿਕਾਰ ਖੇਡਣ ਲਈ। ਮ੍ਰਿਗਨ ਥਕਾਏ ਜੀਤ ਕੋ ਤਰੇ, ਔਰ ਕਈ ਹਿਰਨਾਂ ਨੂੰ ਭਜਾ ਭਜਾ ਕੇ ਜਾਣ ਬੁੱਝ ਕੇ ਉਹਨਾਂ ਨੂੰ ਮਾਰਦੇ ਨਹੀਂ ਤੇ ਉਹਨਾਂ ਹਿਰਨਾਂ ਨੂੰ ਭਜਾਉਂਦੇ ਉਹਨਾਂ ਦੇ ਪਿੱਛੇ ਘੋੜਾ ਦੌੜਾਉਂਦੇ ਨੇ, ਘੋੜਾ ਦੜਾ ਕੇ ਹਿਰਨ ਦੇ ਪਿੱਛੇ, ਹਿਰਨ ਨੂੰ ਥਕਾ ਕੇ ਜਦੋਂ ਥੱਕ ਜਾਂਦਾ ਨਾ ਹਿਰਨ ਫਿਰ ਉਹ ਬਹਿ ਜਾਂਦਾ, ਫਿਰ ਉਹਨੂੰ ਜਿਉਂਦੇ ਨੂੰ ਪਕੜ ਲੈਂਦੇ। ਇਹ ਵੀ ਇੱਕ ਪ੍ਰਕਾਰ ਦੀ ਵਿੱਦਿਆ ਸੀ, ਜਿਉਂਦਾ ਹਿਰਨ ਪਕੜਨਾ ਬੜਾ ਔਖਾ ਹੁੰਦਾ ਹੈ, ਪਰ ਸੂਰਮੇ ਇਹ ਵੀ ਕਸਰਤ ਕਰਦੇ ਸੀ, ਦੌੜਾ ਦੌੜਾ ਕੇ ਘੋੜਾ ਉਸ ਹਿਰਨ ਨੂੰ ਥਕਾ ਦੇਣਾ ਤੇ ਫਿਰ ਉਹਨੂੰ ਪਕੜਨਾ, ਜਿਉਂਦੇ ਨੂੰ ਪਕੜ ਕੇ ਲੈ ਕੇ ਆਉਣਾ। ਇੱਧਰ ਉੱਧਰ ਫਿਰੇ ਤਵਾਵੇਂ ਘੋੜੇ, ਇੱਧਰ ਉੱਧਰ ਦੌੜੇ ਫਿਰਦੇ ਮਹਾਰਾਜ ਜੀ ਦੇ ਯੋਧੇ ਘੋੜੇ ਦੜਾਉਂਦੇ। ਦੂਰ ਦੂਰ ਲਗ ਕਾਨਨ ਟੋਰੇ, ਦੂਰ ਦੂਰ ਤੱਕ ਜੰਗਲ ਦੀ ਟਟੋਲ ਕਰਦੇ ਨੇ, ਜੰਗਲ ਵਿੱਚ ਭਾਲ ਕਰਦੇ ਨੇ। ਨਮਤ ਪਏ ਸ਼੍ਰੀ ਹਰਗੋਬਿੰਦ, ਮਹਾਰਾਜ 6ਵੇਂ ਪਾਤਸ਼ਾਹ ਵੀ ਸਾਰਾ ਦਿਨ ਸ਼ਿਕਾਰ ਖੇਡਿਆ, ਘੋੜਾ ਸਾਰਾ ਦਿਨ ਦੌੜਾਇਆ, ਮਹਾਰਾਜ 6ਵੇਂ ਪਾਤਸ਼ਾਹ ਵੀ ਥੱਕ ਗਏ ਸ਼ਿਕਾਰ ਖੇਡਦਿਆਂ ਖੇਡਦਿਆਂ। ਕਰੇ ਅਖੇਰ ਬਿਰਤੀ ਹੱਤ ਬ੍ਰਿੰਦ, ਔਰ ਅਖੇਰ ਬਿਰਤੀ ਕਰਦਿਆਂ ਬਹੁਤ ਸਾਰੇ ਜਾਨਵਰਾਂ ਨੂੰ ਮਹਾਰਾਜ ਜੀ ਨੇ ਮੁਕਤੀ ਦਾ ਦਾਨ ਦਿੱਤਾ। ਬਿਤੀਏ ਸਿਉਂ ਬੋਲੇ ਬਹੁ ਫਿਰੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਉਸ ਵਕਤ ਕਹਿਣ ਲੱਗੇ। ਅਧਿਕ ਤੁਰੰਗ ਤਵਾਵਨ ਕਰੇ, ਮਹਾਰਾਜ ਜੀ ਕਹਿਣ ਲੱਗੇ ਭਾਈ ਬਿਧੀ ਚੰਦ ਜੀ, ਆਪਾਂ ਘੋੜੇ ਬੜੇ ਤੇਜ਼ੀ ਨਾਲ ਦੌੜਾਏ, ਅੱਜ ਬੜਾ ਸ਼ਿਕਾਰ ਖੇਡਿਆ। ਸ਼ਰਮਤ ਪਾਏ ਕਿਤ ਛਾਂ ਨਿਹਾਰੋ, ਦੇਖੋ ਕਿਤੇ ਸੰਘਣੇ ਜੇ ਦਰਖਤ ਦੀ ਛਾਂ ਹੋਵੇ ਤੇ ਦੁਪਹਿਰਾ ਆਪਾਂ ਉੱਥੇ ਕੱਟੀਏ, ਛਾਂ ਜੀ ਹੋਵੇ ਵਧੀਆ
ਵੇਖੋ ਆਲੇ ਦੁਆਲੇ ਵੀ ਕਿਹੜੀ ਜਗ੍ਹਾ ਸਾਡੇ ਉਤਰਨ ਵਾਸਤੇ, ਘੋੜੇ ਵੀ ਥੱਕ ਗਏ ਨੇ ਸਾਰੇ ਦਿਨ ਦੇ, ਤੇ ਯੋਧੇ ਵੀ ਥੱਕੇ ਹੋਏ ਨੇ, ਤੇ ਦੁਪਹਿਰਾ ਆਪਾਂ ਕੋਈ ਵਧੀਆ ਜੀ ਛਾਂ ਹੋਵੇ ਦਰਖਤ ਦੀ ਉੱਥੇ ਕੱਟੀਏ। ਉਤਰੇ ਤਾਂ ਸੋ ਸ਼ਰਮ ਨਿਰਵਾਰੋ, ਉੱਥੇ ਲੱਥ ਕੇ ਨਾਲੇ ਜਲ ਪਾਣੀ ਵਰਤਾਂਗੇ ਔਰ ਨਾਲੇ ਜਿਹੜੀ ਸਾਰੇ ਦਿਨ ਦੀ ਥਕਾਵਟ ਆ ਉਹਨੂੰ ਦੂਰ ਕਰਾਂਗੇ। ਫਿਰੇ ਸੂਰ ਦੂਰ ਲਦੇਰੇ, ਦੂਰ ਤੱਕ ਯੋਧਿਆਂ ਨੇ ਸੱਜੇ ਖੱਬੇ ਫਿਰ ਕੇ ਵੇਖਣਾ ਕੀਤਾ। ਆਏ ਬਤਾਏ ਸਤਿਗੁਰ ਨੇਰੇ, ਸਤਿਗੁਰਾਂ ਦੇ ਕੋਲ ਆ ਕੇ ਉਹਨਾਂ ਸੂਰਮਿਆਂ ਨੇ ਮਹਾਰਾਜ ਜੀ ਨੂੰ ਜਗ੍ਹਾ ਦੱਸੀ, ਭਾਈ ਬਿਧੀ ਚੰਦ ਜੀ ਹੋਣਾ ਨੇ ਮਹਾਰਾਜ ਦੁਆ ਪੀਪਲ ਖੜੇ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਲਾਗੇ ਦੋ ਪਿੱਪਲ ਖੜੇ ਨੇ। ਪਿੱਪਲ ਦੀ ਛਾਂ ਬੜੀ ਵਧੀਆ ਛਾਂ ਮੰਨੀ ਜਾਂਦੀ ਹੈ, ਬੜੀ ਸੰਘਣੀ ਛਾਂ ਹੁੰਦੀ ਹੈ ਨਾਲੇ ਪਿੱਪਲ ਦੇ ਦਰਖਤ ਦੀ, ਇਹ ਓਦਾਂ ਵੀ ਬੜੀ ਲਾਭਦਾਇਕ ਹੁੰਦੀ ਹੈ, ਪਿੱਪਲ ਨੂੰ ਲੋਕ ਓਦਾਂ ਹੀ ਪੂਜੀ ਜਾਂਦੇ ਹੈ। ਪਰ ਅਸਲ ਕਾਰਨ ਇਹ ਹੈ ਵੀ ਰਾਤ ਨੂੰ ਪਿੱਪਲ ਦਾ ਦਰਖਤ ਰਾਤ ਨੂੰ ਵੀ ਆਕਸੀਜਨ ਛੱਡਦਾ, ਬਾਕੀ ਦਰਖਤ ਜਿਹੜੇ ਨੇ ਉਹ ਕਾਰਬਨ ਡਾਈਆਕਸਾਈਡ ਛੱਡਦੇ ਨੇ, ਇਸ ਕਰਕੇ ਇਹਨੂੰ ਉੱਤਮ ਦਰਖਤ ਮੰਨਿਆ ਜਾਂਦਾ। ਪੰਚਵਟੀ ਦੇ ਵਿੱਚੋਂ ਇੱਕ ਉੱਤਮ ਦਰਖਤ ਪਿੱਪਲ ਵੀ ਹੈ। ਤੇ ਸੇਵਕ ਨੇ ਆ ਕੇ ਦੱਸਿਆ, ਮਹਾਰਾਜ ਜੀ ਦੋ ਪਿੱਪਲ ਦੇ ਦਰਖਤ ਖੜੇ ਨੇ, ਬੜੇ ਸੋਹਣੇ, ਬੜੀ ਵਧੀਆ ਛਾਂ ਉਹਨਾਂ ਦੀ ਸੰਘਣੀ। ਗੁਮਟਾਲਾ ਹੱਦ ਤੇ ਬਹੁ ਪਰੇ, ਮਹਾਰਾਜ ਗੁਮਟਾਲਾ ਪਿੰਡ ਹੈ ਨੇੜੇ, ਅੱਜ ਵੀ ਉਹ ਗੁਮਟ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਰਲ ਗਿਆ ਗੁਮਟਾਲਾ ਨਗਰ, ਤੇ ਗੁਮਟਾਲੇ ਤੋਂ ਮਹਾਰਾਜ ਜੀ ਗੁਮਟਾਲੇ ਦੀ ਹੱਦ ਦੇ ਉੱਤੇ ਹੈ ਉਹ ਜਗ੍ਹਾ, ਗੁਮਟਾਲੇ ਨਗਰ ਦੀ ਹੱਦ ਦੇ ਉੱਤੇ ਹੈ। ਦਿਨ ਕੀ ਪੀ ਕੁਛ ਸਗਨ ਨਚਾਇਆ, ਤੇ ਮਹਾਰਾਜ ਪਰ ਦਰਖਤ ਤਾਂ ਹੈਣ ਪਰ ਇੰਨੀ ਸੰਘਣੀ ਛਾਂ ਨਹੀਂ ਕਹੀ ਜਾ ਸਕਦੀ। ਜਲ ਤਲ ਗਏ ਕਿਨੋ ਦੋ ਲਾਇਆ, ਜਲ ਤਲ ਗਏ ਕਿਨੋ ਦੋ ਲਾਇਆ, ਮਹਾਰਾਜ ਜੀ ਇੰਨੀ ਸੰਘਣੀ ਛਾਂ ਤਾਂ ਨਹੀਂ ਕਿਉਂਕਿ ਉਹ ਪਾਣੀ ਨਾ ਹੋਣ ਕਰਕੇ ਥੋੜੇ ਜੇ ਸੋਕੇ ਦੇ ਵਿੱਚ ਜਾਪਦੇ ਨੇ, ਪੱਤੇ ਝੜੇ ਹੋਏ ਨੇ। ਸੁਨਤ ਅਰਿੰਦਮ ਤਿਤ ਕੋ ਗਏ, ਜਿਹੜੇ ਅਰਿੰਦਮ ਸਨ ਸੇਵਾਦਾਰ ਸਨ ਉਸ ਪਾਸੇ ਨੂੰ ਗਏ। ਪਤਰੀ ਛਾਂ ਹੇਰ ਉਤਰੇ, ਪਤਲੀ ਜੀ ਛਾਂ ਵੇਖ ਕੇ ਉੱਥੇ ਉਤਰੇ ਹਨ। ਉਪਰ ਬਸਤਰ ਡਾਰ ਕੀ ਛਾਇਆ, ਤੇ ਬਸਤਰ ਪਾ ਕੇ ਕਿਉਂਕਿ ਛਾਂ ਸੰਘਣੀ ਨਹੀਂ ਸੀ, ਉੱਤੇ ਕੱਪੜਾ ਪਾ ਕੇ ਉਹਨੂੰ ਛਾਂ ਨੂੰ ਸੰਘਣਿਆ ਕੀਤਾ। ਆਏ ਫਰਾਸ਼ਨ ਫਰਸ਼ ਬਣਾਇਆ, ਫਰਾਸ ਸਨ ਉਹਨਾਂ ਨੇ ਆ ਕੇ ਫਰਾਂਸਾਂ ਨੇ ਫਰਸ਼ ਗਲੀਚੇ ਵਿਛਾਏ। ਆਰਾਮ ਕਰ ਬੇਟੇ ਥਿਰੇ, ਮਹਾਰਾਜ ਜੀ ਆਰਾਮ ਕਰਨ ਵਾਸਤੇ ਇੱਥੇ ਉਤਰੇ ਨੇ। ਇਹ ਕਰ ਨੀਰ ਚੁਰੇ ਗਨ ਕਰੇ, ਪਾਣੀ ਲੈ ਕੇ ਗੁਰਦੇਵ ਸੱਚੇ ਪਾਤਸ਼ਾਹ ਨੇ ਚੂਲਾ ਕੀਤਾ ਹੈ। ਪੰਕਜ ਕੋ ਬੌਰ ਪਖਾਰਾ, ਔਰ ਜਲ ਛਕਿਆ ਫਿਰ ਚਿਹਰੇ ਤੇ ਜਲ ਦੇ ਛਿੱਟੇ ਮਾਰੇ, ਚਿਹਰਾ ਧੋਇਆ। ਮ੍ਰਿਦੁਲ ਪਦਨ ਪਰ ਜਲ ਕੋ ਡਾਰਾ, ਪਾਤਸ਼ਾਹ ਆਪਣੇ ਕੂਲੇ ਜੇ ਪਿਆਰੇ ਜੇ ਚਰਨਾਂ ਦੇ ਉੱਤੇ ਜਲ ਪਾਇਆ, ਆਪਣੇ ਚਰਨ ਧੋਏ। ਜੇਠ ਮਾਸ ਕੋ ਕਾਮ ਨਿਵਾਰੇ, ਖਾਲਸਾ ਜੀ ਜੇਠ ਦਾ ਮਹੀਨਾ ਸੀ, ਬੜਾ ਗਰਮੀ ਹੁੰਦੀ, ਤਪਸ਼ ਭਰਿਆ ਮਹੀਨਾ ਹੁੰਦਾ ਜੇਠ ਦਾ, ਤੋ ਗਰਮੀ ਦਾ ਮਹੀਨਾ ਹੋਣ ਕਰਕੇ ਜਲ ਵਰਤਿਆ ਤੇ ਤਪਸ਼ ਦੂਰ ਕੀਤੀ। ਬੈਠੇ ਸਤਿਗੁਰ ਸ਼ਰਮ ਨਿਰਵਾਰੇ, ਪਿੱਪਲਾਂ ਦੇ ਦਰਖਤਾਂ ਦੀ ਛਾਂ ਥੱਲੇ
ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਰਾਮ ਕੀਤਾ, ਬੈਠਣਾ ਕੀਤਾ ਹੈ। ਦੂਰ ਦੂਰ ਛਾਇਆ ਅਵਲੋਕ, ਦੂਰ ਦੂਰ ਜਿੱਥੇ ਜਿੱਥੇ ਕਿਸੇ ਨੂੰ ਛਾਂ ਦਿਸੀ, ਪਰੇ ਉਤਰ ਜੇ ਸੰਗੀ ਲੋਕ, ਮਹਾਰਾਜ ਜੀ ਦੇ ਨਾਲ ਦੇ ਜਿਹੜੇ ਸੰਗੀ ਸਨ ਸਾਥੀ ਸਨ ਉਹ ਵੀ ਉਤਰ ਗਏ। ਵਿਆਹ ਬਾਂਧੇ ਡੋਰਨ ਕੇ ਸਾਥ, ਘੋੜਿਆਂ ਨੂੰ ਰੱਸੀਆਂ ਪਾ ਕੇ ਬੰਨ ਦਿੱਤਾ ਗਿਆ। ਏਕਤ ਪਟ ਜਿਤ ਦਿਸ਼ ਤਿਤ ਨਾਥ, ਔਰ ਸੂਰਮੇ ਉਧਰ ਵੇਖ ਰਹੇ ਨੇ ਜਿੱਧਰ ਛੇਵੇਂ ਪਾਤਸ਼ਾਹ ਜੀ ਬੈਠੇ ਨੇ, ਸਭ ਦੀ ਨਿਗਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਹੈ। ਇਤ ਸ਼੍ਰੀ ਹਰਗੋਬਿੰਦ ਗਤ ਐਸੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਦੁਪਹਿਰਾ ਕੱਟਣ ਵਾਸਤੇ ਜੰਗਲ ਵਿੱਚ ਹੀ ਗੁਮਟਾਲੇ ਨਗਰ ਦੀ ਹੱਦ ਦੇ ਉੱਤੇ ਡੇਰਾ ਕੀਤਾ ਹੈ। ਇਤ ਬਿਸਰਾਮ ਛਾਵ ਮੈਂ ਬੈਸੇ, ਵਿਸਰਾਮ ਕਰਨ ਵਾਸਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਛਾਂ ਵਿੱਚ ਬੈਠੇ ਨੇ। ਸ਼ਾਹਜਹਾਂ ਉਤ ਖੇਲ ਅਖੇਰੇ, ਉਧਰ ਸ਼ਾਹਜਹਾਨ ਬਾਦਸ਼ਾਹ ਵੀ ਚਾਰਕ ਕੋਹ ਦੀ ਵਾਟ ਤੇ ਸ਼ਾਹਜਹਾਨ ਫਿਰਦਾ ਸੀ, ਉਧਰ ਉਹ ਵੀ ਉਧਰ ਸ਼ਿਕਾਰ ਖੇਡ ਰਿਹਾ। ਮਾਨਨ ਕੇ ਹੱਥ ਜੀਵ ਕਨੇਰੇ, ਬਨ ਦੇ ਬਹੁਤ ਸਾਰੇ ਜੰਗਲ ਦੇ ਜਾਨਵਰ ਜਿਹੜੇ ਨੇ ਉਹ ਮਾਰੇ ਨੇ, ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਖੇਡ ਰਿਹਾ, ਬੜੇ ਤਿੱਤਰ ਬਟੇਰੇ ਸੂਰ ਹਿਰਨ ਉਹਨਾਂ ਦਾ ਸ਼ਿਕਾਰ ਸ਼ਾਹਜਹਾਨ ਬਾਦਸ਼ਾਹ ਵੀ ਖੇਡ ਰਿਹਾ। ਇਹਦੇ ਕੋਲ ਬੜੇ ਬੜੇ ਵਧੀਆ ਬਾਜ ਨੇ, ਉਹਨਾਂ ਬਾਜਾਂ ਨੂੰ ਛੱਡਦਾ ਹੈ ਜਦੋਂ, ਤੇ ਉਹ ਬਾਜ ਛੱਡ ਕੇ ਵੱਡੇ ਵੱਡੇ ਪੰਛੀਆਂ ਨੂੰ ਮਾਰਦੇ ਨੇ ਜਦੋਂ ਬਾਗ ਤੇ, ਤਮਾਸ਼ਾ ਵੇਖ ਕੇ ਖੁਸ਼ ਹੁੰਦਾ। ਸ਼ਾਹਜਹਾਨ ਬਾਦਸ਼ਾਹ ਕੋਲ ਇੱਕ ਬੜਾ ਕੀਮਤੀ ਬਾਜ ਸੀ, ਵਲੈਤ ਦੇਸ਼ ਤੋਂ ਆਇਆ ਹੋਇਆ ਕਿਸੇ ਨੂੰ ਚੇਚੇ ਤੌਰ ਤੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਲਈ ਇਹਨੂੰ ਬਾਜ ਭੇਟ ਕੀਤਾ ਸੀ। ਉਹ ਬਾਜ ਇਹਦੇ ਮਨ ਨੂੰ, ਬਾਜ ਤਾਂ ਬੜੇ ਸੀ ਇਹਦੇ ਕੋਲ ਸ਼ਾਹਜਹਾਨ ਕੋਲ, ਪਰ ਉਹ ਬਾਜ ਇਹਨੂੰ ਬੜਾ ਜ਼ਿਆਦਾ ਪਸੰਦ ਹੈ, ਉਹ ਬਾਜ ਦੇ ਨਾਲ ਇਹ ਸ਼ਿਕਾਰ ਖੇਡ ਰਿਹਾ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਨਾਲ ਸ਼ਾਹਜਹਾਨ ਬਾਦਸ਼ਾਹ ਨੇ ਵਿਗਾੜ ਕੀਤਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਤਰਸ ਕਰਨ ਸਾਡਾ ਗਾਵਿਆ ਸੁਣਿਆ ਥਾਏ ਪਵੇ। ਭਗਤ ਨਾਮਦੇਵ ਜੀ ਮਹਾਰਾਜ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਇੱਕ ਵਾਰ ਫੇਰ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, 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 ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ। ਭਗਤ ਜਨਾ ਕਾ ਦਿਹੋਰਾ ਫਿਰੈ, ਭਗਤ ਜਨਾ ਕਾ ਦਿਹੋਰਾ ਫਿਰੈ, ਭਗਤ ਜਨਾ ਕਾ ਦਿਹੋਰਾ ਫਿਰੈ, ਭਗਤ ਜਨਾ ਕਾ ਦਿਹੋਰਾ ਫਿਰੈ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ।
ਨਾਸ ਪੁਰਨ ਹੈ ਸਰਬ ਮੈਂ ਦੁਖ ਪੰਜਨ ਮੁਣ ਤਾਸ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਕੰਦ ਹੈ ਗੁਣ ਨਿਧਾਨ ਜਾ ਕੇ ਸਦਾ ਬਵੇਕ ਪਰੰਪਰ ਹਰ ਹਰੇ ਹੈ ਪੀਓਣ ਯਾਰ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾ ਰਾਖੋ ਹੀ ਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਗੁਰੂ ਨਾਮ ਜਹਾਜ ਹੈ